ਸ਼ਮਾਦਾਨ ਪ੍ਰੋਗਰਾਮ ਦੇ ਵਿੱਚ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ। ਸੋਮਵਾਰ ਨੂੰ ਮੇਰੇ ਨਾਲ ਸੀਨੀਅਰ ਪੱਤਰਕਾਰ ਬਹੁਤ ਇੰਟੈਕਚੁਅਲ ਸ਼ਿਵਿੰਦਰ ਜੀ ਜੁੜਦੇ ਨੇ। ਸੋ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ J&H ਐਕਸਪ੍ਰੈਸ ਵਾਲੇ ਮਨਮੋਹਨ ਸਿੰਘ ਧਾਲੀਵਾਲ ਹੋਰਾਂ ਨੇ, ਜਿਨ੍ਹਾਂ ਨੂੰ ਓਨਰ ਡਰਾਈਵਰ ਅਤੇ ਓਨਰ ਆਪਰੇਟਰ ਚਾਹੀਦੇ ਨੇ ਜੀ। ਸੈਟਲ ਦੇ ਵਿੱਚ ਲੋਕਲ ਸੈਟਲ ਕੰਮ ਦਿੰਦੇ ਨੇ, ਤੁਸੀਂ ਰੋਜ਼ਾਨਾ ਆਪਣੇ ਘਰ ਕੰਮ ਤੋਂ ਵਾਪਸ ਜਾ ਸਕਦੇ ਹੋ। 206-550-0088 'ਤੇ ਕਾਲ ਕਰ ਸਕਦੇ ਹੋ। ਸਿੱਧੂ ਟਰੱਕ ਲਾਈਨ ਬੇਕਰਸਵਿਲ ਨੂੰ ਸੋਲੋ ਅਤੇ ਟੀਮ ਡਰਾਈਵਰ ਚਾਹੀਦੇ ਨੇ ਜੀ, ਤੁਸੀਂ ਸੰਪਰਕ ਕਰ ਸਕਦੇ ਹੋ ਕੁਲਵੰਤ ਸਿੰਘ ਸਿੱਧੂ ਨੂੰ। ਫੋਨ ਨੰਬਰ ਹੈ 6616-667-1188 'ਤੇ। ਅਤੇ ਬੇਕਰਸਵਿਲ ਏਰੀਏ 'ਚ ਬਿਜਲੀ ਦੇ ਬਿੱਲਾਂ ਨੂੰ ਜ਼ੀਰੋ ਕਰਨ ਦੇ ਲਈ ਸੰਪਰਕ ਕਰੋ ਜਤਿੰਦਰ ਸਿੰਘ ਤੂਰ ਹੋਰਾਂ ਨੂੰ 6617-1722 'ਤੇ। ਵਾਸ਼ਿੰਗਟਨ ਫਰੇਟ ਸਰਵਿਸ, ਇਹਨਾਂ ਨੂੰ ਓਨਰ ਆਪਰੇਟਰ ਅਤੇ ਡਰਾਈਵਰ ਚਾਹੀਦੇ ਨੇ। ਲੋਕਲ ਸੈਟਲ ਏਰੀਆ ਤੁਹਾਡੇ ਲਈ ਕੰਮ ਦਿੰਦੇ ਨੇ, ਡੇਲੀ ਹੋਮ ਜਾ ਸਕਦੇ ਹੋ, ਪੰਜਾਬੀ ਅਤੇ ਇੰਗਲਿਸ਼ 'ਚ ਡਿਸਪੈਚ ਕਰਦੇ ਨੇ। ਗੁਰਵਿੰਦਰ ਧਾਲੀਵਾਲ ਹੋਰਾਂ ਨਾਲ ਸੰਪਰਕ ਕਰ ਲਓ ਜੀ 206-354-4060। ਜਗਦੇਵ ਸੰਧੂ ਹੋਰੀ 253-266-6924 'ਤੇ ਕਾਲ ਕਰ ਸਕਦੇ ਹੋ। ਸੋ ਚਰਚਾ ਕਾਫੀ ਹੈ ਜੀ, ਸੰਘਰਸ਼ ਦੇ ਵਿੱਚ ਕੀ ਹੋ ਰਿਹਾ, ਕੀ ਖਾਸ ਹੈ, ਕਿਉਂਕਿ ਇੱਕ ਵਿਸ਼ਲੇਸ਼ਣ ਹੁੰਦਾ ਸੰਘਰਸ਼ ਦਾ। ਤੁਸੀਂ ਆਮ ਤੌਰ ਦੇ ਉੱਤੇ ਦੇਖ ਰਹੇ ਹੋ ਕਿ ਫਲਾਨਾ ਸਿੰਘ ਆਇਆ, ਉਹਨੇ ਆਹ ਬੋਲਿਆ, ਫਲਾਨਾ ਸਿੰਘ ਆਇਆ, ਉਹਨੇ ਆਹ ਕਿਹਾ, ਪਰ ਅਸਲੀਅਤ ਸੰਘਰਸ਼ ਦੇ ਪਿਛਲੀਆਂ ਵੀ ਕੁਛ ਗੱਲਾਂ ਹੁੰਦੀਆਂ ਨੇ। ਸੰਘਰਸ਼ ਕੀ ਕੁਛ ਉੱਭਰ ਕੇ ਸਾਹਮਣੇ ਆ ਰਿਹਾ, ਜਿਵੇਂ ਸਭ ਤੋਂ ਵੱਡੀ ਗੱਲ, ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਜੀ, ਜਿਵੇਂ ਸਭ ਤੋਂ ਵੱਡੀ ਗੱਲ ਕਰੀਏ ਤਾਂ ਇੱਕ ਭਾਈਚਾਰਕ ਸਾਂਝ ਜਿਹੜੀ ਪੈਦਾ ਹੋਈ ਹੈ, ਜਿਹੜੀ ਸ਼ਾਇਦ ਆਪਾਂ ਉਮੀਦ ਹੀ ਨਹੀਂ ਕਰ ਸਕਦੇ ਸੀ ਜੀ, ਤੇ ਸੰਘਰਸ਼ ਜਿਹੜਾ ਹੈ ਜੀ, ਸਿੱਧੇ ਤੌਰ ਦੇ ਉੱਤੇ ਗੱਲ ਕਰੀਏ, ਕਿੱਧਰ ਕਿਵੇਂ ਜਿਹੜਾ ਹੈ ਸੰਘਰਸ਼ ਨੂੰ ਲੈ ਕੇ ਚੱਲ ਰਹੇ ਹੋ ਤੁਸੀਂ ਜੀ? ਬਿਲਕੁਲ ਤੁਸੀਂ ਸਹੀ ਫਰਮਾਇਆ। ਆਪਸੀ ਸੀਗੀ ਉਹ ਤੋੜੇ, ਉਹ ਕਹਿੰਦੇ ਸੀਗੇ ਵੀ ਤੂੰ ਹਿੰਦੂ ਹੋ, ਤੂੰ ਮੁਸਲਮਾਨ ਆ, ਸਾਰੇ ਪੰਜਾਬੀ ਇਕੱਠੇ ਸੀ, ਹਰੇਕ ਤਬਕਾ ਇਕੱਠਾ, ਚਾਹੇ ਉਹ ਵਪਾਰੀ ਤਬਕਾ ਹੈ, ਚਾਹੇ ਉਹ ਕੋਈ ਹੋਰ ਹੈ, ਉਹ ਸਭ ਇਕੱਠੇ ਹੋਏ। ਇਹਦਾ ਮਤਲਬ ਹੈਗਾ ਕਿ ਇੱਕ ਤਾਂ ਪੰਜਾਬ ਦੇ ਵਿੱਚ ਇਕੱਠਾ ਹੈਗਾ ਕੰਮ। ਫਿਰ ਤੁਸੀਂ ਦੇਖੋ ਸ਼ਿਵਿੰਦਰ ਜੀ ਆਵਾਜ਼ ਕੋਈ ਲੈਣ ਦਾ ਹੀ ਨੰਬਰ ਜਾਂ ਇਹੋ ਜਿਹਾ ਕੋਈ ਨੰਬਰ ਹੈ? ਆਵਾਜ਼ ਬੜੀ ਕੱਟ ਕੇ ਆ ਰਹੀ ਹੈ, ਡਿਸਟਰਬੈਂਸ ਬੜੀ ਹੈ। ਅੱਛਾ, ਮੈਂ ਕੀ ਸੀਗਾ ਬਾਹਰ, ਮੈਂ ਕੋਸ਼ਿਸ਼ ਕਰਦਾ ਕਿ ਬਿਲਕੁਲ ਤੁਹਾਡੇ ਉਹਦੇ ਕਰੀਬ ਹੋਵਾਂ ਕਿ ਹੁਣ ਮੈਨੂੰ ਦੱਸੋ ਕਿ ਆਵਾਜ਼ ਕਿੱਦਾਂ ਆ ਰਹੀ ਹੈ। ਠੀਕ ਹੈ ਜੀ, ਠੀਕ ਹੈ, ਥੋੜੀ ਹਾਂਜੀ ਕੱਟੇ ਨਾ। ਹਾਂਜੀ, ਅੱਛਾ ਮੈਂ ਗੱਲ ਕਰ ਰਿਹਾ ਸੀਗਾ ਕਿ ਇਹਨੇ ਹੱਦਾਂ ਬੰਨੇ ਤੋੜੇ ਨੇ, ਇਹਦੇ ਵਿੱਚ ਸੂਬਿਆਂ ਦੀ ਹੱਦਾਂ ਬੰਨੇ ਟੁੱਟੇ, ਭਾਸ਼ਾਵਾਂ ਦੇ ਹੱਦਾਂ ਬੰਨੇ ਟੁੱਟ ਗਏ ਨੇ, ਤੇ ਇਹਦੇ ਤੋਂ ਜਿਹੜੀ ਹਕੂਮਤ ਮੌਜੂਦਾ ਸੱਤਾ 'ਚ ਬੈਠੀ ਉਹਦਾ ਕੰਮ ਹੈਗਾ ਲੋਕਾਂ ਨੂੰ ਤੋੜ ਕੇ ਜਿਹੜਾ ਰਾਜ ਕਰਨ ਦਾ, ਉਹ ਬਸ ਹੋਈ ਆ। ਉਹਦੀ ਲਗਾਤਾਰ ਖੁਖਲਾਹਟ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਆਈਆਂ, ਆਪਾਂ ਦੇਖੀਆਂ ਵੀ ਇਹ ਮਾਓਵਾਦੀ ਨੇ ਖਾਲਸਾ ਨੇ, ਇਹ ਤਾਂ ਹੁੰਦਾ ਰਿਹਾ, ਇਹਦੇ ਬਾਰੇ ਆਪਾਂ ਜ਼ਿਕਰ ਕਰਦੇ ਰਹੇ ਹਾਂ। ਹੁਣ ਇਹਨਾਂ ਨੇ ਕੀਤਾ ਵੀ ਚਲੋ ਜੇ ਆਏ ਨੀ ਟੁੱਟਦੇ, ਫਿਰ ਅਸੀਂ ਕੁਛ ਮਸਲੇ ਹੋਰ ਲਾ ਕੇ ਖੜੇ ਕਰੀਏ। ਇੱਕ ਤਾਂ ਹਰਿਆਣੇ 'ਚ ਮਸਲਾ ਖੜਾ ਕੀਤਾ SYL ਦਾ, ਕਿਸਾਨਾਂ ਨੇ ਉਹਨੂੰ ਮੂੰਹ ਨੀ ਲਾਇਆ, ਹਰਿਆਣੇ ਵਾਲੇ ਨੇ ਕਹਿੰਦੇ ਭਾਈ ਨਰਿੰਦਰ ਮੋਦੀ ਤੂੰ ਤਾਂ ਵਾਅਦਾ ਕੀਤਾ ਸੀਗਾ ਵੀ ਅਸੀਂ ਪਾਕਿਸਤਾਨ ਤੋਂ ਪਾਣੀ ਲੈ ਕੇ ਦੇਵਾਂਗੇ ਤੁਹਾਨੂੰ ਦੋਹਾਂ ਸੂਬਿਆਂ ਨੂੰ, ਆਪਸ ਵਿੱਚ ਲੜੋ ਨਾ, ਤੇ ਹੁਣ ਤੁਸੀਂ ਖੁਦ ਲੜਾਉਣ ਲੱਗ ਗਏ, ਟੁਕੜੇ ਟੁਕੜੇ ਕਹਿਣ ਤਾਂ ਤੁਸੀਂ ਅਸਲੀ ਹੋ ਅਸਲ ਰੂਪ ਦੇ ਵਿੱਚ। ਫਿਰ ਉਸ ਤੋਂ ਬਾਅਦ ਮੈਂ ਕਹਿੰਦਾ ਨੇ ਪੰਜਾਬ ਦੇ ਜਿਹੜੇ ਆੜ੍ਹਤੀ ਇਹਨਾਂ 'ਚ ਬਿਜ਼ਨਸਮੈਨ ਨੇ ਉਹਨਾਂ ਤੇ ਆਮਦਨ ਕਰਕੇ ਛਾਪੇ ਪਾਉਣੇ ਸ਼ੁਰੂ ਕਰ ਦਿੱਤੇ, ਸੋਚੋ ਕਿ ਉਹ ਭਾਈਚਾਰਾ ਡਰ ਜੂਗਾ, ਪਰ ਉਹ ਭਾਈਚਾਰਾ ਦੇ ਹੱਕ ਦੇ ਵਿੱਚ ਤੁਰੰਤ ਕਿਸਾਨ ਆ ਗਏ, ਕਿਸਾਨਾਂ ਨੇ ਕਹਿ ਦਿੱਤਾ ਕਿ ਅਸੀਂ ਆਮਦਨ ਕਰਦੇ ਤੇ ਜਿਹੜੇ ਦਫ਼ਤਰ ਨੇ ਉਹਨਾਂ ਨੂੰ ਘੇਰਾਂਗੇ, ਤੇ ਆੜ੍ਹਤੀਆਂ ਨੇ ਵੀ ਐਲਾਨ ਕਰ ਦਿੱਤਾ ਕਿ ਅਸੀਂ ਵੀ ਕਿਸਾਨਾਂ ਦੇ ਨਾਲ ਇੱਕ ਸਾਂਝੀ ਕਮੇਟੀ ਬਣਾਵਾਂਗੇ ਜਿਹਦੇ ਵਿੱਚ ਅਸੀਂ ਵੀ ਇਹਨਾਂ ਵਿਰੋਧਾਂ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਵਾਂਗੇ। ਮਤਲਬ ਫਿਰ ਨੀ ਟੁੱਟਿਆ, ਨਕਲੀ ਕਿਸਾਨ ਖੜੇ ਕਰ ਲਏ। ਇਹ ਸਾਰੀ ਹੁਣ ਜਿਹੜੀ ਕਹਾਣੀ ਹੈ ਇਹ ਇੱਕ ਵਾਰ ਅਸਲ ਤੋਂ ਜਿਵੇਂ ਆਪਾਂ ਕਹਿੰਦੇ ਕਿ ਨੇਕੀ ਤੇ ਬਦੀ ਦੀ ਲੜਾਈ ਹੈ, ਤੇ ਨੇਕੀ ਤੇ ਬਦੀ ਦੀ ਲੜਾਈ ਹੋ ਰਹੀ ਹੈ, ਇਹਨੂੰ ਏਦਾਂ ਅਸੀਂ ਦੇਖ ਸਕਦੇ ਹਾਂ ਹਾਲ ਦੀ ਕਿ ਨਹੀਂ। ਹੁਣ ਮੈਂ ਵਾਰ ਵਾਰ ਕਹਿੰਦਾ ਹੁੰਦਾ ਕਿ ਇੱਕ ਤਾਂ ਕਿਸਾਨ ਲੀਡਰਾਂ ਦੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ, ਬਹੁਤ ਜ਼ਿਆਦਾ ਵੱਧ ਗਈ, ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਪਹਿਲੀ ਗੱਲ ਤਾਂ ਜਦੋਂ ਵੀ ਕੁਝ ਬੋਲਣਾ ਜਾਂ ਜਦੋਂ ਵੀ ਜਿਹੜਾ ਕੋਈ ਰਣਨੀਤੀ ਅਖਤਿਆਰ ਕਰਨੀ ਆ ਉਹਦਾ ਬਹੁਤ ਸੋਚ ਸਮਝਣਾ ਪਏਗਾ। ਅੱਛਾ, ਜਿਹੜੇ ਤੁਹਾਡੇ ਆਲੇ ਦੁਆਲੇ ਦੀਆਂ ਕੁਛ ਏਦਾਂ ਦੇ ਲੋਕ ਹੈਗੇ ਨੇ ਜਿਹੜੇ ਕਿਸਾਨ ਪੱਖੀ ਹੋਣ ਦਾ ਦਾਅਵਾ ਕਰਦੇ ਨੇ ਪਰ ਉਹ ਆਪਣੀ ਹੱਟੀ ਚਲਾਉਣ ਲਈ ਸ਼ਾਮਿਲ ਹੋਏ ਹੋਏ ਨੇ, ਤੇ ਉਹਨਾਂ ਦੀ ਸ਼ਨਾਖਤ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈਗੀ ਆ। ਅੱਛਾ, ਤੀਜੀ ਚੀਜ਼ ਇਸ ਅੰਦੋਲਨ ਦੀ ਖੂਬਸੂਰਤੀ ਹੈ, ਕਿਉਂਕਿ ਇਹ ਠੀਕ ਹੈ ਕਿ ਇਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹਦੇ ਵਿੱਚ ਦੇਖੋ ਪੂਰੇ ਭਾਰਤ ਦਾ ਅੰਦੋਲਨ ਬਣ ਚੁੱਕਾ, ਕੋਈ ਸ਼ੱਕ ਨੀ, ਹਰੇਕ ਤਰ੍ਹਾਂ ਦੇ ਜਿਹੜੇ ਲੋਕਾਂ ਦੇ ਵਿਸ਼ਵਾਸਾਂ ਹਰ ਦੇ ਵਾਲੇ ਲੋਕ ਸ਼ਾਮਿਲ ਹੋ ਚੁੱਕੇ ਨੇ, ਪਰ ਜਿਹਨੂੰ ਪੰਜਾਬ ਦੇ ਅਕੋਰਡਿੰਗ ਦੇਖੀਏ ਤਾਂ
ਇਹਨੂੰ ਜਿਹੜਾ ਫਾਲਤੂ ਦੀ ਇੱਕ ਬਹਿਸ ਨਾ ਚੱਲਣ ਲੱਗੀ ਹੋਈ ਆ ਵੀ ਦੇਖੋ ਜੀ ਜਿਵੇਂ ਇਹ ਤਾਂ ਜੀ ਕਿਸੇ ਤੁਸੀਂ ਕਾਮਰੇਡ ਕਾਗਜ਼ ਨੇ ਇੱਥੇ ਜੀ ਖਾਲਿਸਤਾਨੀ ਕਾਗਜ਼ ਹੋਣਾ ਚਾਹੁੰਦੇ ਲਓ ਇਹਦੇ ਵਿੱਚ ਪੰਜਾਬ ਦਾ ਹਰੇਕ ਤਰ੍ਹਾਂ ਦਾ ਰੰਗ ਹੈ ਮਤਲਬ ਪੰਜਾਬ ਦਾ ਰੰਗ ਕੀ ਹੈ ਉਹਨੂੰ ਸਮਝਣ ਲਈ ਸਾਨੂੰ ਪੰਜਾਬ ਨੂੰ ਸਮਝਣਾ ਜ਼ਰੂਰੀ ਹੈ ਪੰਜਾਬ ਦੀ ਜਿਹੜੀ ਇੱਕ ਸਕਾਫਤ ਰਹੀ ਹੈ ਸਕਾਫਤ ਨੇ ਨਾ ਸੱਭਿਆਚਾਰ ਕਲਚਰ ਉਹ ਇਹ ਰਿਹਾ ਹੈਗਾ ਕਿ ਇੱਥੇ ਨਾ ਬਹੁਤ ਸਾਰੇ ਜਿਹੜੇ ਇਹਦਾ ਇੱਕ ਡਾਇਲੈਕਟੀਕਲ ਸੰਵਾਦ ਰਿਹਾ ਡਾਇਲੈਕਟੀਕਲ ਸੰਵਾਦ ਕੀ ਹੁੰਦਾ ਕਿ ਕਈ ਸਾਰੇ ਜਿਹੜੇ ਵਿਚਾਰ ਹੈਗੇ ਨੇ ਉਹ ਇਕੱਠੇ ਚੱਲਦੇ ਨੇ ਆਪਸ ਵਿੱਚ ਟਕਰਾਉਂਦੇ ਨੇ ਆਪਸ ਵਿੱਚ ਟਕਰਾ ਕੇ ਨਵਾਂ ਵਿਚਾਰ ਪੈਦਾ ਹੁੰਦਾ ਉਹ ਸੰਵਾਦ ਦੀ ਪਰੰਪਰਾ ਹੁਣ ਮੈਂ ਇਹਦੀ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਉਂਕਿ ਪਿਛਲੇ ਦਿਨਾਂ 'ਚ ਅਸੀਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਹੈਗਾ ਜਨਮ ਦਿਨ ਮਨਾਇਆ ਕਿ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ 6 ਘਰ 6 ਗੁਰ 6 ਉਪਦੇਸ਼ ਗੁਰਗੁਰ ਏਕੋ ਬੇਸ ਅਨੇਕ ਉਹਦੇ ਵਿੱਚੋਂ 6 ਇਹੋ ਜਿਹੇ ਜਿਹੜੇ ਇੱਕ ਭਾਰਤੀ ਸ਼ਾਸਤਰਾਂ ਦੀ ਗੱਲ ਕਰਦੇ ਹੈਗੇ ਨੇ ਗ੍ਰੰਥਾਂ ਦੀ ਗੱਲ ਕਰਦੇ ਨੇ ਜਿਹਦੇ ਵਿੱਚੋਂ 2 ਬਿਲਕੁਲ ਮਟੀਰੀਅਲਿਸਟਿਕ ਹੈਗੇ ਨੇ ਮਤਲਬ ਉਹ ਪਦਾਰਥਵਾਦੀ ਫਲਸਫੇ ਦੇ ਨੇ ਜੋ ਰੱਬ ਨੂੰ ਨਹੀਂ ਮੰਨਦੇ ਹੈਗੇ ਉਹਨਾਂ ਨੂੰ ਵੀ ਕਹਿੰਦੇ ਨੇ ਕਿ ਉਹ ਵੀ ਇਹ 6 ਹੈਗੇ ਨੇ ਇਹਨਾਂ ਦੇ ਰਸਤੇ ਵੀ ਇੱਕ ਨੇ ਸਾਰਾ ਲੇਕਿਨ ਇਹਦੀ ਮੰਜ਼ਿਲ ਇੱਕ ਹੈਗੀ ਆ ਉਹ ਮੰਜ਼ਿਲ ਕੋਈ ਨੀ ਵਿਆਖਿਆ ਰੱਬ ਨੂੰ ਜਾਣ ਵਾਲੀ ਕਰ ਸਕਦਾ ਪਰ ਗੁਰੂ ਸਾਹਿਬ ਦੇ ਸ਼ਬਦਾਂ ਦੇ ਵਿੱਚ ਉਹ ਸੱਚ ਨੂੰ ਪ੍ਰਾਪਤੀ ਦੀ ਮੰਜ਼ਿਲ ਕਹਿ ਰਹੇ ਹੈਗੇ ਨੇ ਮਤਲਬ ਗੁਰੂ ਸਾਹਿਬ ਇੱਕ ਅਧਿਆਤਮਵਾਦੀ ਹੋ ਕੇ ਵੀ ਇੱਕ ਵਿਚਾਰਵਾਦੀ ਫਲਸਫੇ ਨੂੰ ਸਪੇਸ ਦੇ ਰਹੇ ਨੇ ਇਹ ਪੰਜਾਬ ਦੀ ਪਰੰਪਰਾ ਹੈਗੀ ਆ ਅੱਛਾ ਅਸੀਂ ਹੁਣ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਸ਼ਹੀਦੀ ਦਿਨ ਮਨਾ ਕੇ ਹਟੇ ਆ ਇਹਨੂੰ ਨਰਿੰਦਰ ਮੋਦੀ ਵਰਗਾ ਬੰਦਾ ਜਿਹੜਾ ਏਦਾਂ ਪੇਸ਼ ਕਰ ਰਿਹਾ ਵੀ ਇਹਨੇ ਹਿੰਦੂਆਂ ਲਈ ਜੀ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਆ ਮੈਨੂੰ ਬੜਾ ਵਧੀਆ ਲੱਗਿਆ ਮੈਂ ਬੜਾ ਉਪਾਸ਼ਕ ਆ ਪਹਿਲੀ ਗੱਲ ਕਿ ਉਹ ਹਿੰਦੂਆਂ ਲਈ ਨਹੀਂ ਸੀ ਉਹ ਇਨਸਾਨੀਅਤ ਲਈ ਸੀ ਜੇ ਉਹ ਸੰਕਟ ਮੁਸਲਮਾਨਾਂ ਉੱਤੇ ਹੁੰਦਾ ਤਾਂ ਗੁਰੂ ਜੀ ਨੇ ਉਦੋਂ ਵੀ ਇਹ ਸਟੈਪ ਚੁੱਕਣਾ ਸੀਗਾ ਜੇ ਕਿਸੇ ਹੋਰ ਧਰਮ ਉੱਤੇ ਹੁੰਦਾ ਅੱਛਾ ਇੱਥੋਂ ਤੱਕ ਮੈਂ ਕਹਿਣਾ ਜੇ ਮੰਨ ਲਓ ਕਿ ਸਿੱਖ ਕਮਿਊਨਿਟੀ ਦਾ ਬੰਦਾ ਕਿਸੇ ਹੋਰ ਕਮਿਊਨਿਟੀ ਦੇ ਬੰਦੇ ਨੂੰ ਤੰਗ ਕਰਦਾ ਹੁੰਦਾ ਉਦੋਂ ਵੀ ਗੁਰੂ ਸਾਹਿਬ ਨੇ ਇਹੀ ਸਟੈਪ ਚੁੱਕਣਾ ਸੀਗਾ ਕਿਉਂਕਿ ਉਹ ਲੜਾਈ ਇਨਸਾਨੀ ਹਕੂਕ ਦੀ ਸੀ ਹੁਣ ਜਦੋਂ ਇਹ ਸਾਰੇ ਵੱਡੇ ਇਹ ਸਾਰੀਆਂ ਸ਼ਹੀਦੀ ਦਿਨ ਇਸ ਸੰਘਰਸ਼ ਵਿੱਚ ਮਨਾਏ ਜਾਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਮਨਾਇਆ ਗਿਆ ਗੁਰੂ ਨਾਨਕ ਸਾਹਿਬ ਦਾ ਇਸੇ ਵਿੱਚ ਭਗਤ ਸਿੰਘ ਦੇ ਜਿਹੜੇ 2 ਮਿੱਤਰ ਨੇ ਰਾਮ ਪ੍ਰਸ਼ਾਦ ਬਿਸਮਿਲ ਤੇ ਅਸ਼ਫਾਕ ਉੱਲਾ ਖਾਨ ਦਾ ਦਿਨ ਵੀ ਮਨਾਇਆ ਗਿਆ ਉਸੇ ਦਿਨ ਹੀ ਜਿਹੜੇ ਦਿਨ ਗੁਰੂ ਸਾਹਿਬ ਦਾ ਸ਼ਹੀਦੀ ਦਿਨ ਸੀ ਇਕੱਠੇ ਮਨਾਏ ਗਏ ਉਹਦੇ ਵੀ ਇੱਕ ਮਾਇਨੇ ਨੇ ਰਾਮ ਪ੍ਰਸ਼ਾਦ ਬਿਸਮਿਲ ਉਹ ਸਾਡੇ ਜਿਹੜੇ ਹੈਗੇ ਆ ਕ੍ਰਾਂਤੀਕਾਰੀ ਤੇ ਕਵੀ ਸੀ ਜਿਹਦਾ ਕਿ ਲਿਖਿਆ ਹੋਇਆ ਕਲਾਮ ਭਗਤ ਸਿੰਘ ਖੁਦ ਗਾਉਂਦੇ ਹੁੰਦੇ ਸੀਗੇ ਕਿ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਬਾਜ਼ੂ ਹੈ ਦਮ ਹੈ ਕਿਤਨਾ ਕਾਤਿਲ ਮੇ ਹੈ ਤੇ ਉਸ ਬੰਦੇ ਨੇ ਰਾਮ ਪ੍ਰਸ਼ਾਦ ਸੀਗਾ ਹਿੰਦੂ ਲੇਕਿਨ ਉਹਨੇ ਬਿਸਮਿਲ ਉਹਨੇ ਤਖਲਸ ਰੱਖਿਆ ਸੀ ਇਹ ਸਾਡੀ ਜਿਹੜੀ ਸਾਡੀ ਪਰੰਪਰਾ ਹੈਗੀ ਹੈ ਮੁਸਲਮਾਨੀ ਬਿਸਮਿਲ ਤੇ ਅਸ਼ਫਾਕ ਉੱਲਾ ਖਾਨ ਦਾ ਯਾਦ ਸੀਗਾ ਮਿੱਤਰ ਸੀਗਾ ਤੇ ਇਹ ਜਿਹੜੀਆਂ ਪਰੰਪਰਾ ਨੇ ਨਾ ਇਹ ਪਰੰਪਰਾ ਨੂੰ ਸਮਝੇ ਬਗੈਰ ਅਸੀਂ ਜਿਹੜਾ ਹੈਗਾ ਵਾ ਇਹਨਾਂ ਅੰਦੋਲਨਾਂ ਦਾ ਨਿਰਪੱਖ ਹੋ ਕੇ ਅਧਿਐਨ ਨਹੀਂ ਕਰ ਸਕੇ ਇਹਦੇ ਵਿੱਚ ਸਕਦੇ ਅਸੀਂ ਸਿੱਧਾ ਸਪਾਟ ਕਹਿ ਦੇਣਾ ਅਸੀਂ ਦੇਖੋ ਜੀ ਇਹਦੇ ਵਿੱਚ ਫਲਾਣੇ ਬੰਦੇ ਨੇ ਢਿੰਗੇ ਨਹੀਂ ਇਹ ਇੱਕ ਉਹ ਰੰਗ ਹੈਗਾ ਸਾਡੇ ਪੰਜਾਬ ਦਾ ਭਾਰਤ ਦਾ ਜਿਹੜਾ ਕਿ ਬਹੁਤ ਸਾਰੇ ਵਿਚਾਰਾਂ ਨੂੰ ਕਲਾਵੇ 'ਚ ਲੈਂਦਾ ਤੇ ਉਹਦੇ ਲਈ ਲੇਕਿਨ ਲੁਕਾਈ ਲਈ ਜਦੋਂ ਲੁਕਾਈ ਲਈ ਲੜਾਈ ਲੜਨੀ ਹੋਵੇ ਤਾਂ ਉਹ ਸਾਰੇ ਇਕੱਠੇ ਹੁੰਦੇ ਨੇ ਇਹ ਮਤਲਬ ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਜੀ ਵੈਸੇ ਬਿਲਕੁਲ ਤੁਸੀਂ ਵਿਸ਼ਲੇਸ਼ਣ ਤੇ ਉਹਦਾ ਇੱਕ ਬਹੁਤ ਵਧੀਆ ਰੂਪ ਰੇਖਾ ਜਿਹੜੀ ਹੈ ਆਪਾਂ ਤਿਆਰ ਕੀਤੀ ਹੈ ਦੂਸਰੀ ਗੱਲ ਸਭ ਤੋਂ ਵੱਡੀ ਗੱਲ ਤਾਂ ਇੱਕ ਚੀਜ਼ ਹੈ ਕਿ ਕਿਸੇ ਵੀ ਸੰਘਰਸ਼ ਦੀ ਜਿਹੜੀ ਛਾਉਣੀ ਲਾਉਣ ਡੇਰੇ ਲਾਉਣੇ ਜਾਂ ਛਾਉਣੀ ਪਾਉਣੀ ਜਿਹੜੀ ਕਹਿੰਦੇ ਨੇ ਇੱਕ ਹੋਰ ਚੀਜ਼ ਜਿਹੜੀ ਸਾਹਮਣੇ ਆਈ ਹੈ ਕਿ ਇਹਦੇ ਨਾਲ ਸਿੱਖਾਂ ਜਿਹੜੇ ਸਿੱਖਾਂ ਦੀ ਪੱਗ ਸੀਗੀ ਉਹਨਾਂ ਦੇ ਸਿਰ 'ਤੇ ਮੁੜ ਸਰਤਾਜ ਬਣ ਗਈ ਹੈ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਿੱਖਾਂ ਨੂੰ ਸਾਰੇ ਵੱਡੇ ਭਾਈ ਮੰਨਣਾ ਸ਼ੁਰੂ ਕਰਤਾ ਸਾਰਿਆਂ ਨੇ ਇਹਦੇ ਵਿੱਚ ਹੈ ਕਿ ਇਹਦੇ ਵਿੱਚ ਇੱਕ ਨਾ ਇਹ ਇੱਕੋ ਸਮੇਂ ਅੰਦੋਲਨ ਬਹੁਤ ਸਾਰੀਆਂ ਚੀਜ਼ਾਂ ਦਾ ਐਡਰੈਸ ਹੋ ਰਿਹਾ ਹੈਗਾ ਉਹ ਕਿੱਦਾਂ ਹੋ ਰਿਹਾ ਕਿ ਮੈਨੂੰ ਜਦੋਂ ਮੈਂ ਦਿੱਲੀ ਕਰਨੀ ਜਾਂਦਾ ਬੰਬੇ ਕਰਨੀ ਜਾਂਦਾ ਤਾਂ ਮਜ਼ਾਕ 'ਚ ਮੈਨੂੰ ਕਹਿੰਦੇ ਨੇ ਕਿ ਅੱਜ ਕੱਲ੍ਹ ਅਸੀਂ ਪੰਜਾਬੀ ਸਿੱਖਣਾ ਚਾਹੁੰਦੇ ਹਾਂ ਮੇਰੇ ਮਿੱਤਰ ਜਿਹੜੇ ਗੈਰ ਪੰਜਾਬੀ ਮਿੱਤਰ ਹੈਗੇ ਨੇ ਇਹ ਵੀ ਮਤਲਬ ਮੇਰੇ ਲਈ ਤਾਂ ਫਿਕਰ ਵਾਲੀ ਗੱਲ ਹੈ ਕਿ ਕੋਈ ਬੰਦਾ ਮੇਰੀ ਜ਼ੁਬਾਨ ਨੂੰ ਸਿੱਖਣਾ ਚਾਹੇ ਕਿ ਕੋਈ ਕਹਿੰਦਾ ਕਿ ਸਾਨੂੰ ਚੱਲ ਲਿਖਣੀ ਨਾ ਅਸੀਂ ਸਾਨੂੰ ਬੋਲਣੀ ਸਿਖਾ ਦੇ ਮੈਂ ਕਹਿੰਦੀ ਬੋਲਣੀ ਤਾਂ ਆਮ ਹੀ ਆ ਬੋਲਣੀ ਤਾਂ ਬਹੁਤ ਸੌਖੀ ਹੁੰਦੀ ਆ ਤੇ ਕੋਈ ਕਹਿੰਦਾ ਮੈਂ ਇਹਨੂੰ ਮੈਂ ਸਿੱਖਾਂ ਲਿਖਣੀ ਕਿਵੇਂ ਸਿੱਖਾਂ ਇਹਦਾ ਮਤਲਬ ਤੁਹਾਨੂੰ ਇੱਕ ਐਜ਼ ਏ ਪੰਜਾਬੀ ਫਖਰ ਹੁੰਦਾ ਜੇ ਤੁਸੀਂ ਬਾਹਰ ਜਾਂਦੇ ਹੋ ਕਿਤੇ ਕਿ ਤੁਹਾਡੀ ਜ਼ੁਬਾਨ ਨੂੰ ਕੋਈ ਮੈਂ ਕਿਹਾ ਕਿਉਂ ਉਹ ਕਹਿੰਦੇ ਵੀ ਬਹੁਤੇ ਕਿਸਾਨ ਨੇ ਤਾਂ ਪੰਜਾਬੀ 'ਚ ਆਪਣੀ ਇੰਟਰਵਿਊ ਦਿੰਦੇ ਆ ਸਾਨੂੰ ਸਮਝ ਨਹੀਂ ਆਉਂਦਾ ਹੈਗਾ ਕਿਉਂਕਿ ਅਸੀਂ ਦੇਖਿਆ ਵੀ ਉਹ ਆਪਾਂ ਪੰਜਾਬੀ ਹਿੰਦੀ ਕਿੰਨੀ ਕੁ ਵਧੀਆ ਬੋਲਦੇ ਆ ਬਿਲਕੁਲ ਬਿਲਕੁਲ ਤੇ ਉਹ ਕਹਿੰਦੇ ਇਹ ਚੀਜ਼ਾਂ ਹੈਗੀਆਂ ਦੂਜੇ ਤੁਸੀਂ ਦੇਖੋ ਕਿ ਇਸ ਅੰਦੋਲਨ ਦੇ ਵਿੱਚ ਹੀ ਡਰੀਆਂ ਹੋਈਆਂ ਜੇ ਸਬਕੇ ਨੇ ਮੁਸਲਮਾਨ ਭਾਈਚਾਰਾ ਉਹਦੇ ਵਿੱਚ ਇੱਕਦਮ ਜੋਸ਼ ਆਉਂਦਾ ਇਹਦੇ ਵਿੱਚ ਦਲਿਤਾਂ ਇੱਕਦਮ ਮਿਲ ਜਾਂਦੇ ਨੇ ਕਹਿਣ ਦਾ ਮਤਲਬ ਕਿ ਇਸ ਅੰਦੋਲਨ ਦਾ ਸਰੂਪ ਇਸ ਤਰ੍ਹਾਂ ਦਾ ਅਸਲ ਵਿੱਚ ਜਿਹੜਾ ਲੋਕਾਂ ਦੇ ਹੱਕ ਲਈ ਉੱਠੀਆਂ ਮੂਵਮੈਂਟਾਂ ਨੇ ਨਾ
ਉਹ ਹਮੇਸ਼ਾ ਦੱਬੇ ਕੁਚਲੇ ਲੋਕਾਂ ਦੇ ਅੰਦਰ ਰੋਹ ਵੀ ਪੈਦਾ ਕਰਦੀਆਂ ਤੇ ਜੋਸ਼ ਵੀ ਪੈਦਾ ਕਰਦੀਆਂ ਤੇ ਡਰ ਵੀ ਉਹਨਾਂ ਦਾ ਦੂਰ ਕਰਦੀਆਂ ਨੇ। ਇਹੀ ਇੱਕ ਲੋਕ ਪੱਖੀ ਮੂਵਮੈਂਟ ਦੀ ਨਿਸ਼ਾਨੀ ਹੁੰਦੀ ਹੈ ਤੇ ਇੱਕ ਲੋਕ ਪੱਖੀ ਮੂਵਮੈਂਟ ਹੈ, ਇਹ ਕੋਈ ਸ਼ੱਕ ਨਹੀਂ। ਬਿਲਕੁਲ ਜੀ, ਤੇ ਤੁਸੀਂ ਜੇਕਰ ਆਪਣੀ ਕੋਈ ਕਾਲ ਕਰਨਾ ਚਾਹੁੰਦੇ ਹੋ ਤਾਂ 9214-10-666 ਦੇ ਉੱਤੇ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ। ਸ਼ਿਵਿੰਦਰ ਜੀ ਮੇਰੇ ਨਾਲ ਨੇ, 9849-10-666 'ਤੇ ਕਾਲ ਕਰ ਸਕਦੇ ਹੋ। ਵਟਸਐਪ ਕਾਲ ਮੈਂ ਲੈ ਨਹੀਂ ਪਾਵਾਂਗਾ ਜੀ, ਕਿਰਪਾ ਕਰਕੇ ਸਾਰੇ ਵੀ ਨੋਟ ਕਰ ਲੈਣ, ਵਟਸਐਪ ਕਾਲ ਮੈਂ ਲੈ ਨਹੀਂ ਪਾਵਾਂਗਾ, ਮੇਰੀ ਬੇਨਤੀ ਹੈ। ਸ਼ਿਵਿੰਦਰ ਜੀ, ਦੂਸਰੇ ਪਾਸੇ ਗੱਲ ਕਰੀਏ ਕਿ ਦੇਖੋ ਸਰਕਾਰਾਂ ਹਰ ਹਰਬਾ ਵਰਤਦੀਆਂ ਨੇ ਫੇਲ ਕਰਨ ਨੂੰ। ਅੱਜ ਕੁਝ ਸੱਜਣਾਂ ਨੇ ਮੇਰੇ ਆਖੇ ਲੱਗ ਕੇ ਯੂਪੀ ਦੇ ਪਲਵਲ ਅਤੇ ਉੱਧਰ DND ਫਲਾਈਓਵਰ ਅਤੇ ਗਾਜੀਪੁਰ ਲੰਗਰ ਪਾਣੀ ਲੈ ਕੇ ਗਏ, ਪਰ ਮੈਂ ਜਿਵੇਂ ਉਹਨਾਂ ਨੂੰ ਪਹਿਲਾਂ ਕਿਹਾ ਸੀਗਾ, ਮੈਂ ਕਿਹਾ ਵੀ ਇੱਕ ਦੋ ਕੰਮ ਕਰੋ। ਇੱਕ ਤਾਂ ਇਹ ਹੈ ਕਿ ਜਿਹੜਾ ਤੁਸੀਂ ਸਮਾਨ ਪੰਜਾਬ 'ਚੋਂ ਜਾਂਦੇ ਹੋ, ਇੱਕ ਤਾਂ ਟਰੱਕਾਂ ਦਾ ਭਾੜਾ ਭਰਦੇ ਹੋ, ਤੁਸੀਂ ਉੱਥੋਂ ਦੇ ਸਥਾਨਕ ਦੁਕਾਨਦਾਰਾਂ ਤੋਂ ਖਰੀਦੋਗੇ ਤਾਂ ਉਹ ਸਾਡੇ ਨਾਲ ਹੋਣਗੇ, ਉਹਨਾਂ ਦੀ ਇਕਾਨਮੀ ਦੇ ਵਿੱਚ ਫਰਕ ਪਏਗਾ, ਉਹ ਸਾਡੇ ਸਾਥੀ ਬਣਨਗੇ, ਦੂਜਾ ਕਿਰਾਇਆ ਭਾੜਾ ਵੀ ਬਚੂਗਾ, ਠੀਕ ਹੈ। ਪਰ ਅੱਜ ਜਦੋਂ ਇੱਕ ਟਰੱਕ ਜਦੋਂ ਮਾਨੇਸਰ ਤੋਂ UP ਐਂਟਰ ਕਰਦਾ ਤਾਂ ਟਰੱਕ ਦਾ ਕਬਜ਼ੇ 'ਚ ਲੈ ਲਿਆ ਜਾਂਦਾ ਦਿੱਲੀ UP ਪੁਲਿਸ ਵੱਲੋਂ, ਉਹਦੇ ਝੰਡੇ ਉਤਾਰ ਦਿੱਤੇ ਜਾਂਦੇ ਨੇ, ਰਾਸ਼ਨ ਕਬਜ਼ੇ 'ਚ ਲੈ ਲਿਆ ਜਾਂਦਾ, ਮੁੜ ਕੇ ਮਸਾਂ ਉਹਨੂੰ ਚਲਾਇਆ ਛਡਾਇਆ ਜਾਂਦਾ, ਪਰ ਫਿਰ ਵੀ ਚਲਾਨ ਕੱਟ ਦਿੰਦਾ ਜਾਂਦਾ। ਕਹਿਣ ਤੋਂ ਭਾਵ ਕਿ UP ਪੁਲਿਸ ਹਜੇ ਵੀ ਜਿਹੜੀ ਆ ਉਹ ਇਸ ਜਿਹਨੂੰ ਆਪਾਂ ਆਖੀਏ ਕਿ ਹੋਸ਼ੇਪਣ ਦੇ ਉੱਤੇ ਉਤਰੀ ਹੈ। ਚੰਡੀਗੜ੍ਹ ਪੁਲਿਸ ਕਿਉਂਕਿ ਉਹ ਵੀ ਕੇਂਦਰ ਦੇ ਥੱਲੇ ਹੈ, ਉਹ ਜੇਕਰ ਤੁਹਾਡੀ ਉਹ ਕਹਿੰਦੇ ਸੁਪਰੀਮ ਕੋਰਟ ਦੀ ਰੂਲਿੰਗ ਆ, ਤੁਸੀਂ ਕੋਈ ਵਿੰਡ ਸਕਰੀਨ ਅਤੇ ਅਗਲੀ 'ਤੇ ਸਟਿੱਕਰ ਨਹੀਂ ਲਾ ਸਕਦੇ, ਉਹਨਾਂ ਨੂੰ ਘੇਰ ਰਹੀ ਹੈ ਇੱਕ ਨੌਜਵਾਨ ਦਾ, ਉੱਥੇ ਉਹਦੇ ਨਾਲ ਪੂਰਾ ਵੀਡੀਓ ਵਾਇਰਲ ਹੋ ਰਹੀ ਹੈ ਕਿ ਕਿਵੇਂ ਪਕੜ ਲਈ ਆ ਉਹਨੇ ਜੀ, ਕਿਵੇਂ ਲੈ ਕੇ ਚੱਲਦੇ ਹੋ। ਨਾਲੇ ਤਾਂ ਦੇਖੋ ਇੱਕ ਚੀਜ਼ ਹੈ ਕਿ ਸੰਘਰਸ਼ੀਲ ਯੋਧੇ ਆ ਜਿਹੜੇ, ਉਹਨਾਂ ਦਾ ਹੌਂਸਲਾ ਵਧਿਆ, ਨੌਜਵਾਨ ਉੱਥੇ ਗਏ ਨੇ, ਮੈਨੂੰ ਬੱਚੇ ਮਿਲੇ, ਉਹ ਪੇਪਰ ਉੱਥੇ ਬਹਿ ਕੇ ਆਨਲਾਈਨ ਪੇਪਰ ਦੇ ਰਹੇ ਆ, ਇਹਦੇ ਨਾਲ ਇੱਕ ਹੋਰ ਭਾਰਤ ਦੀ ਰਾਜਨੀਤੀ ਦੇ ਵਿੱਚ ਤਬਦੀਲੀ ਆਏਗੀ। ਦੇਖੋ UP ਦੇ ਵਿੱਚ ਨਾ ਇਸ ਤੋਂ ਪਹਿਲਾਂ ਖਬਰਾਂ ਇਹ ਆਉਂਦੀਆਂ ਹੋਈਆਂ ਕਿ ਉੱਥੇ ਕੁਛ ਚਿਰ ਪਹਿਲਾਂ ਮੇਰੇ ਖਿਆਲ ਹਾਲੇ 10 ਦਿਨ ਮਸਾਂ ਹੋਏ ਹੋਣੇ ਆ, ਉੱਥੇ ਮੁਸਲਮਾਨ ਭਾਈਚਾਰੇ ਨੇ ਨਾ ਜਿਹੜਾ UP ਨਾਲ ਜੁੜਿਆ ਹੋਇਆ ਤੇ ਦਿੱਲੀ ਦੇ ਬਿਲਕੁਲ ਬਾਰਡਰ ਤੇ ਦਿੱਲੀ ਨਾਲ ਸਟਿਆ ਹੋਇਆ, ਉਹਨਾਂ ਨੇ ਕੀ ਕੀਤਾ, ਆਪਣੇ ਵੱਲੋਂ ਖਾਣਾ ਜਾਂ ਚਾਹ ਬਣਾ ਕੇ ਲੈ ਕੇ ਗਏ ਸੀ ਉਹ, ਕਿ ਅਸੀਂ ਉਹਦੇ ਵਿੱਚ ਬਹੁਤੇ ਜਿਹੜੇ ਉਸ ਸਮੇਂ ਵੈਸਟਰਨ UP ਦੇ ਕਿਸਾਨ ਸੀ, ਵੈਸਟਰਨ UP ਦੇ ਕਿਸਾਨ ਜ਼ਿਆਦਾਤਰ ਸਿੱਖ ਸੀਗੇ ਗਿਣਤੀ ਦੇ ਵਿੱਚ, ਤੇ ਉਹਨਾਂ ਨੂੰ ਬਣਾ ਕੇ ਲੈ ਕੇ ਗਏ ਖਾਣਾ ਤੇ ਚਾਹ, ਤੇ ਪੁਲਿਸ ਵਾਲਿਆਂ ਨੇ ਰੋਕ ਦਿੱਤਾ ਕਿ ਨਹੀਂ ਤੁਸੀਂ ਨੀ ਲਿਜਾ ਸਕਦੇ, ਤੇ ਉਹ ਮੇਨ ਚੀਜ਼ ਇਹੀ ਸੀਗੀ ਉਦੋਂ ਉਹ ਮੁਸਲਮਾਨ ਭਾਈਚਾਰਾ ਕਹਿੰਦਾ ਅਸਲ ਵਿੱਚ ਕਾਰਨ ਇਹ ਹੈਗਾ ਕਿ ਇਹ ਜਿਹੜੀ ਸਾਡਾ ਏਕਾ ਹੋ ਰਿਹਾ ਨਾ ਲੋਕਾਂ ਦਾ, ਉਹਨੂੰ ਇਹ ਬਰਦਾਸ਼ਤ ਨਹੀਂ ਕਰ ਸਕਦੇ ਹੈਗੇ, ਤੇ ਦੂਜੇ ਪਾਸੇ ਇਹ ਸੰਦੋਲਨ ਤੋਂ ਡਰੇ ਆ, UP ਦਾ ਮੁੱਖ ਮੰਤਰੀ ਹੈ ਜਿਹੜਾ ਯੋਗੀ ਆਦਿੱਤਨਾਥ, ਉਹ ਤਾਂ ਇੱਕ ਤਰ੍ਹਾਂ ਦੀ ਬਕਵਾਸ ਵੀ ਕਰ ਰਿਹਾ, ਉਹ ਕਹਿੰਦਾ ਕਿ ਦੇਖੋ ਉਹਦੀ ਗੱਲ ਸੁਣਨ ਵਾਲੀ ਹੈਗੀ ਆ, ਉਹ ਕਹਿੰਦਾ ਕਿ ਜਿਹੜੇ ਲੋਕ ਰਾਮ ਮੰਦਿਰ ਬਣਨ ਤੋਂ ਗੁੱਸੇ ਨੇ, ਨਹੀਂ ਚਾਹੁੰਦੇ ਕਿ ਰਾਮ ਦਾ ਮੰਦਿਰ ਬਣੇ, ਉਹ ਲੋਕ ਇਹ ਅੰਦੋਲਨ ਨੂੰ ਖੜਾ ਕਰਨਾ ਚਾਹੁੰਦੇ ਹੈਗੇ ਨੇ। ਦੱਸੋ ਮਤਲਬ ਕਿੱਥੇ ਕਿਸਾਨਾਂ ਦਾ ਮੁੱਦਾ, ਕਿੱਥੇ ਰਾਮ ਦਾ ਮੰਦਿਰ। ਅੱਛਾ ਇੱਕ ਚੀਜ਼ ਮੈਂ ਹੋਰ ਵੀ ਦੱਸਦਾ, ਜਿਹੜੇ ਇਸ ਅੰਦੋਲਨ ਚ ਵੱਡੀ ਗਿਣਤੀ ਦੇ ਕਿਸਾਨ ਵੀ ਸ਼ਾਮਲ ਨੇ ਨਾ ਪੰਜਾਬ ਦੇ, ਇਹਨੂੰ ਛੱਡ ਕੇ ਉਹਨਾਂ ਨੇ ਰਾਮ ਮੰਦਿਰ ਤੇ ਕਦੇ ਵੀ ਵਿਰੋਧ ਨਹੀਂ ਕੀਤਾ, ਉਹ ਹੱਕ ਦੀ ਚੀਜ਼। ਜੇ ਅਸੀਂ ਇੱਥੋਂ ਤੱਕ ਸਾਡੀਆਂ ਪੋਲੀਟੀਕਲ ਪਾਰਟੀਆਂ ਦੀ ਵੀ ਗੱਲ ਕਰੀਏ ਨਾ, ਉਹਨਾਂ ਵਿੱਚ ਵੀ ਇੰਨੀ ਹਿੰਮਤ ਨਹੀਂ ਸੀ ਇਹ ਕਹਿਣ ਦੀ ਕਿ ਰਾਮ ਮੰਦਿਰ ਜਿਹੜਾ ਗਲਤ ਭੂਮੀ ਉੱਤੇ ਬਣ ਰਿਹਾ ਹੈਗਾ, ਉਹ ਵੀ ਮਤਲਬ ਜਸ਼ਨ ਚ ਸ਼ਾਮਲ ਸੀ, ਉਹ ਤਾਂ ਇਸ ਤੌਰ ਵਿੱਚ ਸੀਗੀਆਂ ਕਿ ਇਹ ਜਿਹੜਾ ਸਾਰਾ ਕੁਛ ਹੋ ਰਿਹਾ ਵੀ ਸਾਡਾ ਵੀ ਨਾਂ ਆ ਜਾਏ, ਅਸੀਂ ਆਪਣੀ ਜਿਹੜੀ ਹੈਗੀ ਆ ਰੋਟੀ ਸੇਕ ਲਈਏ। ਸੋ ਇਸ ਕਰਕੇ ਰਾਮ ਮੰਦਿਰ ਦਾ ਵਿਰੋਧ ਕਰਨ ਵਾਲਾ ਤਾਂ ਕੋਈ ਵੀ ਨਹੀਂ ਸੀ, ਪਰ ਧੱਕੇ ਨਾਲ ਇਹ ਕਹਾਣੀ ਇਸ ਮੁੱਦੇ ਨੂੰ ਇੱਦਾਂ ਪੇਸ਼ ਕੀਤਾ ਗਿਆ ਕਿ ਤਾਂ ਜੋ ਕਿ ਕਿਸਾਨਾਂ ਦਾ ਅਸਲ ਮੁੱਦਾ ਪਰਾ ਹੋ ਜਾਏ, ਵੀ ਸੈਂਸਿਟਿਵ ਮੁੱਦੇ ਉਭਾਰੇ ਜਾਣ ਕਿ ਜਿਹੜਾ ਜੀ ਕਿਸਾਨ ਅੰਦੋਲਨ ਕਰ ਰਹੇ ਨੇ ਉਹ ਰਾਮ ਮੰਦਿਰ ਦੇ ਵਿਰੋਧੀ ਨੇ। ਇਹ ਮਤਲਬ ਜਿਹੜੀ ਬੋਲੀ ਹੈ ਇਹ ਤਾਂ ਲੋਕਾਂ ਨੂੰ ਲੜਾਉਣ ਵਾਲੀ ਬੋਲੀ ਆ, ਇਹ ਬੋਲੀ ਇੱਕ ਚੁਣਿਆ ਹੋਇਆ ਮੁੱਖ ਮੰਤਰੀ ਬੋਲ ਰਿਹਾ ਹੈ। ਬਿਲਕੁਲ, ਚੁਣਿਆ ਹੋਇਆ ਮੁੱਖ ਮੰਤਰੀ ਇੱਧਰ ਖੱਟਰ ਕਹਿੰਦਾ ਕਿ ਜੇ ਕਹਿੰਦਾ ਕਿਸਾਨਾਂ ਦੇ ਕਹਿੰਦਾ ਬਿੱਲ ਹੱਕ 'ਚ ਨਾ ਹੁਣ ਮੈਂ ਕਹਿੰਦਾ ਸਿਆਸਤ ਛੱਡ ਦੂੰ, ਪਤਾ ਨਹੀਂ ਕਿੱਧਰ ਦੀਆਂ ਗੱਲਾਂ ਕੀ ਹੋ ਰਹੀਆਂ ਨੇ। ਅਸਲ ਚ ਵਿੱਚ ਕਹਾਣੀ ਹੈ ਕਿ ਜਦੋਂ ਬੰਦਾ ਨਾ ਬੁਖਲਾ ਜਾਂਦਾ, ਤੁਸੀਂ ਦੇਖੋਗੇ ਇੱਕੋ ਪਾਸੇ ਇੱਕ ਸਮੇਂ ਕਹਿੰਦੇ ਨੇ ਕਿ ਅਸੀਂ ਤਾਂ ਜੀ ਕਿਸਾਨਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ, ਖੇਤੀਬਾੜੀ ਮੰਤਰੀ ਦੀ ਗੱਲ ਹੈ, ਆਪ ਹੀ ਕਹਿੰਦਾ ਕਿ ਨਹੀਂ ਜੀ ਇਹ ਤਾਂ ਨਕਲੀ ਕਿਸਾਨ ਹੈਗੇ ਨੇ। ਜੇ ਨਕਲੀ ਕਿਸਾਨ ਆ ਤੇ ਜਿਹੜੀਆਂ 5-6 ਮੀਟਿੰਗਾਂ ਹੋਈਆਂ ਉਹ ਕਾਹਤੋਂ ਕੀਤੀਆਂ ਬਈ ਤੁਸੀਂ, ਤੇ ਅੱਛਾ ਆਪ ਹੀ ਉਹਨਾਂ ਦੇ ਮਗਰ ਲੱਗ ਕੇ ਫਿਰ ਸੋਧਾਂ ਕਾਹਤੋਂ ਕੀਤੀਆਂ ਨੇ। ਅੱਛਾ ਫਿਰ ਇਹਨਾਂ ਨੇ ਆਪਣੇ ਕੁਝ ਹੁਣ ਗਿਣਤੀ ਦੇ ਕੁਝ ਕਿਸਾਨ ਜਥੇਬੰਦੀਆਂ ਛੋਟੀਆਂ ਮੋਟੀਆਂ ਲੱਭ ਲਈਆਂ, ਜਿਹੜੇ ਕਿ ਜਿਹਨਾਂ ਦਾ ਕਨੈਕਸ਼ਨ ਹੈਗਾ ਕਿ ਉਹ BJP ਨਾਲ ਜੁੜੇ ਹੋਏ ਨੇ, ਰਾਤੋਂ ਰਾਤ ਕਈ ਜਥੇਬੰਦੀਆਂ ਖੜੀਆਂ ਕਰ ਲਈਆਂ ਵੀ ਦੇਖੋ ਜੀ ਜਿਹੜੀਆਂ ਆ ਕੇ ਕਹਿੰਦੀਆਂ ਨੇ ਕਿ ਜੀ ਅਸੀਂ ਕਿਸਾਨ ਬਿੱਲਾਂ ਦੇ ਹੱਕ ਦੇ ਵਿੱਚ ਆ। ਪਰ ਸਵਾਲ ਹੈ ਕਿ ਇੱਕ ਤਾਂ ਪਾਸੇ ਇੰਨਾ ਵੱਡਾ ਹਜੂਮ ਖੜਾ ਲੋਕਾਂ ਦਾ,
ਉਹਨੂੰ ਤੁਸੀਂ ਜਿਹੜਾ ਹੈਗਾ ਵਾ ਉਹ ਤੁਹਾਨੂੰ ਦਿਖ ਨਹੀਂ ਰਹੇ ਤੇ ਤੁਸੀਂ ਉਸ ਲੋਕਾਂ ਦੇ ਵੱਡੇ ਵਿਸ਼ਾਲ ਇਕੱਠ ਨੂੰ ਤੁਸੀਂ ਕਹਿ ਰਹੇ ਹੋ ਕਿ ਨਕਲੀ ਹੈ। ਅਗਰ ਜਿਹੜੇ ਜਿਹਨੇ ਜੰਮੇ ਹੀ ਹਾਲੇ ਕੱਲ ਨੇ ਜਿਹਨਾਂ ਦੀ ਜਥੇਬੰਦੀਆਂ ਦਾ ਨਾਂ ਹੀ ਨੀ ਪਤਾ ਸੀਗਾ ਉਹਨੂੰ ਤੁਸੀਂ ਅਸਲੀ ਕਿਸਾਨ ਆਖ ਰਹੇ ਹੋ, ਹੁਣ ਵੀ ਅਸਲੀ ਨਕਲੀ ਦਾ ਪੈਮਾਨਾ ਕੀ ਹੈ ਵੀ ਜਿਹੜਾ ਤੁਹਾਡੀਆਂ ਸਿਫਤਾਂ ਕਰੂ ਉਹ ਅਸਲੀ ਹੈ ਜਾਂ ਫਿਰ ਕਿਸਾਨ ਨੂੰ ਕਿਸਾਨ ਹੋਣ ਦਾ ਸਰਟੀਫਿਕੇਟ ਕੀ ਉਹ ਬੰਦੇ ਦੇਣਗੇ ਜਿਹਨਾਂ ਬੰਦੇ ਦਾ ਆਪਣਾ ਕਰੈਕਟਰ ਹੀ ਸਹੀ ਨੀ ਹੈਗਾ। ਤੇ ਅੱਛਾ ਗੱਲਾਂ ਕਰਦੇ ਕਰਦੇ ਤੋਮਰ ਨੇ ਇੱਕ ਗੱਲ ਹੋਰ ਰੱਖ ਦਿੱਤੀ, ਉਹ ਕਹਿੰਦਾ ਜੀ ਇਹ ਕਿਸਾਨ ਜਿਹੜੇ ਹੈਗੇ ਨੇ ਨਾ ਵਿਰੋਧ ਕਰਨ ਵਾਲੇ ਨਰਿੰਦਰ ਮੋਦੀ ਜੀ ਦੀ ਸ਼ਖਸੀਅਤ ਨੂੰ ਢਾਹ ਲਾਉਣਾ ਚਾਹੁੰਦੇ ਆ ਤੇ ਮੈਂ ਮੋਦੀ ਸਾਹਿਬ ਦੀ ਸ਼ਖਸੀਅਤ ਨੂੰ ਢਾਹ ਨੀ ਲੱਗਣ ਦੇਣੀ। ਅਸਲ ਚ ਫਿਕਰ ਕਿਸਾਨਾਂ ਦਾ ਨਹੀਂ ਹੈਗਾ, ਫਿਕਰ ਹੈਗਾ ਕਿ ਜਿਹੜਾ ਬਾਦਸ਼ਾਹ ਸਲਾਮਤ ਹੈ ਉਹ ਸਲਾਮਤ ਰਹੇ, ਉਹ ਸਲਾਮਤ ਰਹੇ, ਉਹ ਸਲਾਮਤ ਰਹੇ, ਉਹਦੀ ਸ਼ਾਨ ਸਲਾਮਤ ਰਹੇ। ਸੋ ਵਾਕਿਆ ਤੁਹਾਡੀਆਂ ਗੱਲਾਂ ਸਹੀ ਹੈ ਕਿ ਬਾਦਸ਼ਾਹ ਸਲਾਮਤ ਸਲਾਮਤ ਰਹੇ, ਪਰ ਬਾਦਸ਼ਾਹ ਸਲਾਮਤ ਵੀ ਹੁਣ ਕਿਤੇ ਸਿੱਖੀ ਦਾ ਕਾਰਡ ਖੇਡਦਾ, ਕਿਤੇ ਕੁਛ ਕਰਦਾ, ਕਿਤੇ ਸਿੱਖਾਂ ਨਾਲ ਆਪਦੇ ਰਿਸ਼ਤੇ ਦੁਹਰਾਉਂਦਾ। ਬਾਦਸ਼ਾਹ ਸਲਾਮਤ ਜੇ ਸਿੱਖਾਂ ਨਾਲ ਰਿਸ਼ਤੇ ਪਹਿਲਾਂ ਤਾਂ ਇਹਨੇ ਲੋਕ ਸਭਾ ਚੋਣਾਂ ਵੇਲੇ ਵੀ ਏਦਾਂ ਕੀਤਾ ਸੀ, ਉਹਦੇ ਬਾਰੇ ਮੈਂ ਇੱਕ ਲੰਮਾ ਚੌੜਾ ਲੇਖ ਲਿਖਿਆ ਸੀ, ਉਹ ਤੁਸੀਂ ਵੀ ਪੜਿਆ ਸੀ, ਸਾਰੇ ਦੋਸਤਾਂ ਨੇ ਪੜਿਆ ਹੋਣਾ, ਕਿਉਂਕਿ ਉਹ ਤਿੰਨੇ ਭਾਸ਼ਾਵਾਂ ਛੱਪ ਗਿਆ ਸੀ, ਪੰਜਾਬੀ, ਹਿੰਦੀ, ਅੰਗਰੇਜ਼ੀ। ਪੰਜਾਬੀ ਚ ਪੰਜਾਬੀ ਟ੍ਰਿਬਿਊਨ ਨੇ ਛਾਪ ਦਿੱਤਾ ਸੀ ਤੇ ਕੈਰਵਾਨ ਨੇ ਹਿੰਦੀ ਅੰਗਰੇਜ਼ੀ ਛਾਪ ਦਿੱਤਾ ਸੀ। ਹੁਣ ਇਹਨੇ ਜਾ ਕੇ ਦੋ ਤਿੰਨ ਪਖੰਡ ਕੀਤੇ ਨੇ, ਆਪਣਾ ਸਵਰਨ ਜੀ ਇੱਕ ਤਾਂ ਪਖੰਡ ਪੇ ਕੀਤਾ। ਇਹਨੇ ਨਾ ਜਿਹੜਾ ਆਪਾਂ ਜਦੋਂ ਰੇਲ ਚ ਸਫ਼ਰ ਕਰਦੇ ਹਾਂ ਨਾ, ਰੇਲ ਚ ਸਫ਼ਰ ਕਰਨ ਵੇਲੇ ਇਹਨੇ ਇੱਕ ਆਪਣਾ ਈਮੇਲ ਦਿੱਤਾ ਹੁੰਦਾ, ਉਸ ਈਮੇਲ ਦੇ ਥਰੂ ਇਹ ਸ਼ਨਾਖਤ ਕੀਤੀ ਗਈ ਕਿ ਇਹਦੇ ਵਿੱਚ ਸਿੰਘ ਤੇ ਕੌਰ ਵਾਲੇ ਨਾਂ ਕਿਹੜੇ ਨੇ। ਉਹਨਾਂ ਨੂੰ ਈਮੇਲ ਪਾਈ ਤੇ ਈਮੇਲ ਮੈਨੂੰ ਵੀ ਆਈ ਸੀ, ਉਹ ਮੈਨੂੰ ਵੀ ਆਈ ਸੀ, ਹਾਂ ਪਰ ਮੈਨੂੰ ਤਾਂ ਆਈ ਨੀ, ਕਿਸੇ ਮੇਰੇ ਮਿੱਤਰਾਂ ਨੂੰ ਆਈ ਹੈ ਜ਼ਰੂਰ, ਜਿਹੜੇ ਬਾਹਰ ਬੈਠੇ ਉਹਨਾਂ ਨੂੰ ਵੀ ਆ ਗਈ ਜੀ। ਉਹਦੇ ਵਿੱਚ 47 ਸਫ਼ਿਆਂ ਦੀ ਕਿਤਾਬ ਚ ਤੁਸੀਂ ਦੇਖਿਆ ਹੋਣਾ, ਫੋਟੋਆਂ ਲੱਗੀਆਂ ਹੋਈਆਂ ਕਿ ਮੋਦੀ ਸਾਹਿਬ ਜਿਹੜਾ ਆਹ ਕੰਮ ਕਰ ਰਹੇ ਨੇ ਸਿੱਖਾਂ ਲਈ ਉਹ ਕਰ ਰਹੇ ਆ। ਅੱਛਾ ਉਹਦੇ ਵਿੱਚ ਕਰਤਾਰਪੁਰ ਵਾਲਾ ਜਿਹੜਾ ਕੋਰੀਡੋਰ ਵਾਲਾ ਉਹਦੇ ਵਿੱਚ ਵੀ ਆਪਣੀ ਵਾਹਵਾ ਖੱਟ ਗਿਆ, ਹਾਲਾਂਕਿ ਸਾਨੂੰ ਪਤਾ ਕਿ ਸਰਕਾਰ ਐਨ ਟਾਈਮ ਤੇ ਮੰਨੀ ਸੀਗੀ, ਪਹਿਲਾਂ ਤਾਂ ਰੌਲਾ ਹੀ ਪਾਉਂਦੀ ਰਹੀ। ਇਸੇ ਤਰ੍ਹਾਂ ਪਟਨਾ ਸਾਹਿਬ ਦੇ ਵਿੱਚ ਜਿਹੜਾ ਗੁਰੂ ਸਾਹਿਬ ਦਸਵੇਂ ਗੁਰੂ ਸਾਹਿਬਾਨ ਦਾ ਜਿਹੜਾ ਜਨਮ ਦਿਨ ਮਨਾਇਆ ਗਿਆ ਉਹਦੇ ਵਿੱਚ ਵੀ ਇਹਨੇ ਆਪ ਹੀ ਲੈ ਲਿਆ, ਹਾਲਾਂਕਿ ਨਿਤੀਸ਼ ਕੁਮਾਰ ਵੀ ਉਹਦੇ ਵਿੱਚ ਸ਼ਾਮਿਲ ਸੀਗਾ, ਪਰ ਬੱਲੇ ਬੱਲੇ ਆਪਣੀ ਕਰਵਾ ਲਈ। ਦੂਜਾ ਨੇ ਕਾਰਜ ਖੇਲਿਆ ਕਿ ਕੱਛ ਦੇ ਵਿੱਚ ਸਾਡੇ ਪੰਜਾਬੀ ਕਿਸਾਨਾਂ ਦਾ ਜਾਂ ਸਿੱਖ ਕਿਸਾਨਾਂ ਦਾ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਉਹ ਸਿੱਖ ਨੇ ਸਾਰੇ, ਕਿਉਂਕਿ ਇੱਥੇ ਕਹਿੰਦੇ ਸਿੱਖ ਕਿਸਾਨ ਵੀ ਇਹ ਸ਼ਬਦ ਵਰਤੋਂ ਤਾਂ ਕੋਈ ਗਲਤ ਗੱਲ ਨਹੀਂ ਹੈਗੀ। ਉਹਨਾਂ ਨੂੰ ਲਗਾਤਾਰ ਇਹਨੇ ਜ਼ਮੀਨਾਂ ਤੋਂ ਜਿਹੜੇ ਗਿਰਦੇ ਕੀਤਾ ਹੈਗਾ, ਤੇ ਉੱਥੇ ਕੱਛ ਵਿੱਚ ਜਾ ਕੇ ਕੁਝ ਇਹਨੇ ਨਕਲੀ ਗੁਜਰਾਤੀ ਸਿੱਖ ਬਣਾ ਲਏ। ਨਕਲੀ ਗੁਜਰਾਤੀ ਸਿੱਖ ਕਿਉਂ, ਮੈਂ ਤੁਹਾਨੂੰ ਦੱਸ ਦਿੰਦਾ। ਮੈਂ 2013 ਦੇ ਵਿੱਚ ਇੱਕ ਅਖਬਾਰ ਚ ਸਟੋਰੀ ਕੀਤੀ ਸੀ, ਉਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਾ ਜਿਹੜੇ ਬੰਦਿਆਂ ਨੂੰ ਨਕਲੀ ਗੁਜਰਾਤੀ ਸਿੱਖ ਬਣਾ ਕੇ ਮੀਡੀਆ ਸਾਹਮਣੇ ਪੇਸ਼ ਕੀਤਾ ਸੀ ਉਹੀ ਬੰਦੇ ਨੇ, ਉਹਨਾਂ ਨੂੰ ਹੁਣ ਮੋਦੀ ਨੇ ਨਕਲੀ ਕਿਸਾਨ ਬਣਾ ਕੇ ਜਿਹੜਾ ਪੇਸ਼ ਕੀਤਾ ਵੀ ਦੇਖੋ ਜੀ ਕੱਛਾਂ ਦੇ ਸਿੱਖ ਤਾਂ ਮੇਰੇ ਤੋਂ ਬਹੁਤ ਖੁਸ਼ ਨੇ। ਜਦੋਂ ਮੈਂ ਅਸਲੀ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਦੁੱਖੜੇ ਉਦਾਂ ਹੀ ਰੋਏ ਜਿਹੜੇ 6 ਸਾਲ ਪਹਿਲਾਂ 7 ਸਾਲ ਪਹਿਲਾਂ ਮੇਰੇ ਕੋਲ ਰੋ ਰਹੇ ਸੀਗੇ। ਤੇ ਅੱਛਾ ਇਹ ਬੰਦਾ ਜੁਗਰਾਜ ਸਿੰਘ ਰਾਜੂ ਹੈ, ਇਹ ਉੱਥੇ ਦੇ ਜਿਹੜੇ ਕੱਛ ਇਲਾਕੇ ਦੇ ਵਿੱਚ ਇਹਨਾਂ ਦਾ ਤਹਿਸੀਲ ਪੱਧਰ ਦਾ ਬੀਜੇਪੀ ਦਾ ਵਰਕਰ ਹੈ। ਜਦੋਂ ਵੀ ਬੀਜੇਪੀ ਸੰਕਟ ਦੀ ਛੇੜਦੀ ਹੈ ਨਰਿੰਦਰ ਮੋਦੀ ਉੱਤੇ ਸਿੱਖ ਵਿਰੋਧੀ ਹੋਣ ਦਾ ਦੋਸ਼ ਲੱਗਦਾ ਤਾਂ ਉਹ ਇਸ ਬੰਦੇ ਨੂੰ ਦਰਸ਼ਨੀ ਘੋੜੇ ਵਜੋਂ ਪੇਸ਼ ਕਰ ਦਿੰਦਾ। ਉਹਦੇ ਨਾਲ ਦੇ ਕੋਈ ਚਮਚੇ ਸੀਗੇ ਉਹ ਗਏ ਸੀ ਉੱਥੇ ਤੇ ਉੱਥੇ ਜਾ ਕੇ ਆ ਗਏ, ਤੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਉਦੋਂ 2013 ਚ ਇਹਨੂੰ ਲਿਆਂਦਾ ਸੀਗਾ, ਹੁਣ ਇਹੀ ਬੰਦਾ ਹੈਗਾ। ਤੇ ਕਿਸਾਨ ਤਾਂ ਹਾਲੇ ਤੱਕ ਵੀ ਹੋ ਰਿਹਾ, ਉਹਨਾਂ ਕਿਸਾਨਾਂ ਦੀ ਸਮੱਸਿਆ ਉੱਤੇ ਮੈਂ ਇੱਕ ਸਟੋਰੀ ਹੋਰ ਕਰ ਰਿਹਾ, 2-3 ਦਿਨ ਚ ਕੈਰਵਾਨ ਚ ਆ ਜਾਏਗੀ ਕਿ ਸੱਚ ਕੀ ਹੈਗਾ। ਸੋ ਦੂਜੇ ਪਾਸੇ ਇੱਕ ਹੋਰ ਪਖੰਡ ਕੀਤਾ, ਉਹ ਕੀ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਸੀਗਾ, ਆਪਾਂ ਗੱਲ ਕਰਕੇ ਹਟੇ ਹਾਂ, ਉੱਥੇ ਇੱਕਦਮ ਆਏ ਪੇਸ਼ ਹੋਇਆ ਕਿ ਦੇਖੋ ਜੀ ਮੈਂ ਤਾਂ ਨਾ ਨਵਾਣਾ ਜਿਹਾ ਬਣ ਕੇ ਆਇਆ, ਪਰ ਕੈਮਰਾਮੈਨ ਲਿਆਉਣਾ ਨੀ ਭੁੱਲਿਆ ਜੀ ਨੇ, ਵੱਖਰੇ ਕੈਮਰਾਮੈਨ ਤਾਂ ਭੁੱਲਦਾ ਹੀ ਨੀ ਜੀ, ਵੱਖਰੇ ਵੱਖਰੇ ਐਂਗਲਾਂ ਤੋਂ ਫੋਟੋਆਂ ਖਿੱਚੀਆਂ। ਤੇ ਅੱਛਾ ਉਹਨੇ ਜਿਹੜੀ ਗੱਲ ਕਹੀ ਕਿ ਮੈਂ ਗੁਰੂ ਸਾਹਿਬ ਦਾ ਬਹੁਤ ਵੱਡਾ ਪ੍ਰਸ਼ੰਸਕ ਆ, ਉਹਨਾਂ ਦੀ ਜਿਹੜੀ ਦਿਆਲਤਾ ਦੀ ਭਾਵਨਾ ਵਗੈਰਾ ਵਗੈਰਾ, ਕਿ ਗੁਰੂ ਸਾਹਿਬ ਦਾ ਜੇ ਤੁਸੀਂ ਪ੍ਰਸ਼ੰਸਕ ਹੋ ਨਾ, ਪਹਿਲੀ ਗੱਲ ਤਾਂ ਗੁਰੂ ਸਾਹਿਬ ਇਸ ਜਿਹੜੇ ਹੈਗੇ ਨਾ ਇਸ ਵਿਚਾਰ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਕਿ ਕਿਸੇ ਬੰਦੇ ਨੂੰ ਆਪਣਾ ਧਰਮ ਆਪਣੀ ਮਰਜ਼ੀ ਨਾਲ ਅਪਣਾਉਣ ਤੇ ਛੱਡਣ ਦਾ ਅਧਿਕਾਰ ਹੈਗਾ, ਤੇ ਇਸ ਲਈ ਉਹ ਕੁਰਬਾਨੀ ਕਰਨ ਗਏ ਸੀ। ਤੁਹਾਡੇ ਬੰਦੇ ਮੁਸਲਮਾਨਾਂ ਨੂੰ ਜ਼ਬਰਦਸਤੀ ਹਿੰਦੂ ਬਣਾ ਕੇ ਘਰ ਵਾਪਸੀ ਦਾ ਸ਼ਬਦ ਦਾ ਨਾਂ ਦੇ ਰਹੇ ਹੈਗੇ ਨੇ ਲਗਾਤਾਰ। ਜੇ ਕੋਈ ਬੰਦਾ ਆਪਣੀ ਜਿਹੜੀ ਮਰਜ਼ੀ ਨਾਲ ਜਿਹੜਾ ਹੈਗਾ ਵਿਆਹ ਕਰਦਾ ਕਿਸੇ ਲੜਕੀ ਜਾਂ ਲੜਕੇ ਨਾਲ, ਉਹਨੂੰ ਤੁਸੀਂ ਜਿਹੜਾ ਹੈਗਾ ਉੱਥੇ ਆ ਕੇ ਤੁਸੀਂ ਪਿੱਟ ਸਿਆਪਾ ਕਰਨ ਲੱਗ ਜਾਂਦੇ ਹੈਗੇ ਹੋ। ਤੇ ਗੁਰੂ ਸਾਹਿਬ ਨੇ ਤਾਂ ਲੇਕਿਨ ਇਸ ਚੀਜ਼ ਦੇ ਜਿਹੜਾ ਬਹੁਤ ਵੱਡੇ ਮਦਈ ਸੀ, ਉਹਨਾਂ ਦੀ ਜਿਹੜੀ ਕੁਰਬਾਨੀ ਜਮਹੂਰੀ ਅਧਿਕਾਰਾਂ ਦੀ ਸੀ, ਤੇ ਮੋਦੀ ਜਮਹੂਰੀ ਅਧਿਕਾਰਾਂ ਨੂੰ ਪੁੱਛਣ ਰਿਹਾ। ਅੱਛਾ ਇੱਕ ਚੀਜ਼ ਹੋਰ ਨੋਟ ਕਰਨਾ ਜਿਹੜੀ ਕਿ ਆਪਣੇ ਸਿੱਖਾਂ ਨੂੰ ਮੁਖਾਤਬ ਹੋਣਾ ਬਹੁਤ ਜ਼ਰੂਰੀ ਹੈ। ਉਹ ਕੀ ਹੈ ਕਿ ਉੱਥੇ ਬਹੁਤ ਸਾਰੇ ਤੁਸੀਂ ਦੇਖਿਆ ਨਾ ਜਿੱਥੇ ਦਾ ਟਾਈਪ ਦੇ ਬੰਦੇ ਨਾ ਮੋਦੀ ਨਾਲ ਸੈਲਫੀਆਂ ਲੈ ਰਹੇ ਸੀਗੇ। ਬਿਲਕੁਲ ਬਿਲਕੁਲ, ਸਵਾਲ ਇਹ ਹੈਗਾ ਕਿ ਇਹਨਾਂ ਦਾ ਕੰਮ ਇਹੀ ਰਿਹਾ। ਬਹੁਤ ਸਾਰੇ ਦੇਖੋ ਕਦੇ ਤਾਂ ਹੀ ਕਹਿੰਦੇ ਨੇ ਕਿ ਫਲਾਣੇ ਕਾਂਗਰਸੀ ਲੀਡਰ ਨੂੰ ਸਰੋਪਾ ਨਹੀਂ ਦੇਣਾ, ਕਿਉਂਕਿ 84 ਦੇ ਕਤਲੇਆਮ ਚੋਂ ਮੁਲਵਿਸ ਹੈਗਾ,
ਤੇ ਕਈ ਵਾਰ ਹੁੰਦਾ ਹੀ ਰਿਹਾ ਕਿ 84 ਦੇ ਵਿੱਚ ਜਿਹੜੇ ਮੁਲਵਿਸ ਬੰਦੇ ਸੀ ਉਹਨਾਂ ਨੂੰ ਸਰੋਪੇ ਵੀ ਦਿੱਤੇ ਜਾਂਦੇ ਰਹੇ। ਇੱਕ ਵਾਰ ਸਰਨਿਆਂ ਨੇ ਦਿੱਤਾ ਸੀਗਾ ਇੱਕ ਬੰਦੇ ਨੂੰ ਤੇ ਬਾਦਲ ਹੋਣਾ ਨੇ ਪਾ ਲਿਆ ਰੌਲਾ। ਫਿਰ ਕੁਛ ਸਮੇਂ ਬਾਅਦ ਉਹੀ ਬੰਦਾ ਫਿਰ ਬਾਦਲ ਹੋਣਾ ਦੀ ਪਾਰਟੀ ਸ਼ਾਮਿਲ ਹੋ ਗਿਆ ਤੇ ਉਹ ਬੰਦਾ ਜਿਹੜਾ ਹੈਗਾ ਪੂਰੀ ਤਰ੍ਹਾਂ ਉਹਦਾ ਸ਼ੁੱਧੀਕਰਨ ਹੋ ਗਿਆ। ਇਸੇ ਤਰ੍ਹਾਂ ਹੀ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੇ ਬੰਦੇ ਉੱਤੇ 2002 ਦਾ ਕਤਲੇਆਮ ਹੈ ਉਹਦੇ ਨਾਲ ਤੁਸੀਂ ਸੈਲਫੀਆਂ ਖਿਚਾ ਰਹੇ ਹੋ ਬਈ, ਤੁਹਾਡੇ ਲਈ ਏਡੂ ਸ਼ਰਮ ਦੀ ਗੱਲ ਕੀ ਹੈ ਕਿ ਉਹ ਵੀ ਗੁਰੂ ਸਾਹਿਬ ਦੀ ਸ਼ਹਾਦਤ ਦੇ ਦਿਨ ਦੇ ਉੱਤੇ। ਅੱਛਾ ਇਹ ਕਹਾਣੀ ਇੱਥੇ ਹੀ ਨਹੀਂ, ਮੈਂ ਵਿਦੇਸ਼ਾਂ ਵਿੱਚ ਵੀ ਮੁਖਾਤਬ ਹੋ ਕੇ ਗੱਲ ਕਰਦਾ। ਸਰੀ ਦਾ ਇੱਕ ਗੁਰਦੁਆਰਾ ਹੈਗਾ, ਸਰੀ ਗੁਰਦੁਆਰੇ ਵਿੱਚ ਕੁਝ ਸਾਲ ਪਹਿਲਾਂ ਰਾਣਾ ਜੋ ਬਾਈ ਸੀ ਜਿਹਨੇ ਗੁਜਰਾਤ ਫਾਈਲ ਕਿਤਾਬ ਲਿਖੀ ਹੈ, ਸ਼ਾਇਦ ਪੜ੍ਹੀ ਹੋਵੇ ਬਹੁਤੇ ਲੋਕਾਂ ਨੇ। ਜਦੋਂ ਬੀਬੀ ਨੇ ਉਹਦੇ ਵਿੱਚ ਗੁਜਰਾਤ ਦਾ ਸੱਚ ਦੱਸਿਆ ਸੀ, ਨਰਿੰਦਰ ਮੋਦੀ ਦਾ ਕਰੈਕਟਰ, ਅਮਿਤ ਸ਼ਾਹ ਦਾ ਕਰੈਕਟਰ ਦੱਸਿਆ ਗਿਆ ਸੀ, ਜਦੋਂ ਬੀਬੀ ਗੁਰਦੁਆਰੇ ਵਿੱਚ ਗਈ ਨਾ ਉਹਨੂੰ ਗੁਰਦੁਆਰੇ 'ਚ ਬੋਲਣ ਨਹੀਂ ਦਿੱਤਾ ਗਿਆ। ਕਿਉਂ ਨਹੀਂ ਬੋਲਣ ਦਿੱਤਾ? ਕਹਿੰਦੇ ਜੇ ਤੂੰ ਬੋਲੇਂਗੀ ਤਾਂ ਉਹ ਸ਼ਾਂਤੀ ਭੰਗ ਹੋਊਗੀ। ਇਸੇ ਤਰ੍ਹਾਂ ਜਮਹੂਰੀ ਅਧਿਕਾਰਾਂ ਨੇ ਲੜਨ ਵਾਲੀ ਤੀਸਤਾ ਸੀਤਲਵਾੜ ਜਦੋਂ ਉਸ ਗੁਰਦੁਆਰੇ 'ਚ ਗਈ ਤਾਂ ਕਹਿੰਦੇ ਕਿ ਨਾ ਬੀਬੀ ਤੂੰ ਹੀ ਬੋਲਣਾ, ਤੂੰ ਤਾਂ ਵਿਵਾਦਿਤ ਪਰਸਨੈਲਿਟੀ ਆ। ਜਦੋਂ ਮੋਦੀ ਗਿਆ ਤਾਂ ਸਰੋਪਾ ਹੀ ਨਹੀਂ ਦਿੱਤਾ ਗਿਆ, ਉਹਨਾਂ ਉਸੇ ਤਰ੍ਹਾਂ ਦੇ ਜਥੇਦਾਰਾਂ ਨੇ ਉਹਦੀਆਂ ਫੋਟੋ ਖਿਚਾਈਆਂ। ਪਰ ਇੱਕ ਸਿੱਖੀ ਦੀ ਕਿਹੜੀ ਪਰੰਪਰਾ ਹੈਗੀ ਹੈ ਵੀ ਤੁਸੀਂ ਜਿਹਦਾ ਜਿਹਦਾ ਦਾਮਨ ਜਿਹੜਾ ਖੂਨ ਨਾਲ ਲਿਬੜਿਆ ਉਹਦੇ ਨਾਲ ਤੁਸੀਂ ਫੋਟੋ ਖਿਚਾ ਰਹੇ ਹੋ? ਇਹ ਬਹੁਤ ਸ਼ਰਮ ਦੀ ਗੱਲ ਹੈ। ਬਿਲਕੁਲ, ਆਪਾਂ ਕਾਲ ਲੈ ਲਈਏ ਜੀ। 9164 ਤੇ ਆਉਂਦੇ ਰਹੋ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜਗਜੀਤ ਜੀ। ਜਗਜੀਤ ਜੀ, ਵੀਰ ਜੀ ਦੇਖੋ ਜਿਹੜੀ ਕਿਸਾਨ ਜਥੇਬੰਦੀਆਂ ਨੇ ਇਹਨਾਂ ਦੀ ਲਿਆਕਤ ਦੇ ਉੱਤੇ ਕੋਈ ਸਾਹਿਬ ਜੀ ਬਹੁਤ ਵਧੀਆ ਕੰਮ ਕਰ ਰਹੀਆਂ, ਤੁਹਾਨੂੰ ਨੀ ਲੱਗਦਾ ਵੀ ਜਿਹੜਾ ਚੰਡੀਗੜ੍ਹ ਦਾ ਜਾਂ ਐਸ ਵਾਈ ਐਲ ਦਾ ਮੁੱਦਾ ਆਉਣ ਵਾਲੇ ਸਮੇਂ ਦੇ ਵਿੱਚ ਆਪ ਹੀ ਬਹਿ ਕੇ ਸਕਦੇ ਆ? ਸਰਕਾਰਾਂ ਦੀ ਲੋੜ ਨੀ, ਸਰਕਾਰਾਂ ਤਾਂ ਲੜਾਉਂਦੀ ਇਹਨਾਂ ਨੂੰ। ਜਿਹੜੇ ਹਿਸਾਬ ਨਾਲ ਕੱਲ ਪਾਸਮੈਂਟ ਆਰ ਐਸ ਐਸ ਦਾ ਬੰਦਾ ਫੜਿਆ, ਉੱਥੋਂ ਆਈਡੀਆ ਹੋ ਸਕਦਾ ਵੀ ਜਿਹੜਾ ਜਾਤ ਅੰਦੋਲਨ ਸੀ ਉਹਨੂੰ ਕਿਵੇਂ ਇਹਨਾਂ ਨੇ ਫੇਲ ਕਰਾਇਆ, ਜਿਹਨਾਂ ਦਾ ਅੱਜ ਤੱਕ ਉਹਨਾਂ ਦੇ ਉੱਤੇ ਕਲੰਕ ਲੱਗਿਆ ਹੋਇਆ, ਰੇਪ ਵਗੈਰਾ ਦੇ। ਜੀ ਅਸਲ ਵਿੱਚ ਨਾ ਜਿਹੜੇ ਏਦਾਂ ਦੇ ਮਸਲੇ ਨੇ ਨਾ, ਇਹ ਮਸਲਿਆਂ ਦਾ ਹੱਲ ਨਿਕਲ ਸਕਦਾ, ਕੋਈ ਬਹੁਤਾ ਔਖਾ ਹੱਲ ਨਹੀਂ ਹੁੰਦਾ। ਸਗੋਂ ਜੇ ਲੋਕ ਆਪਣੀ ਸਿਆਣਪ ਨਾਲ ਕੱਢਣ ਕੇ ਆ ਜਾਣ ਤਾਂ ਬਹੁਤ ਆਰਾਮ ਨਾਲ ਨਿਕਲ ਜਾਂਦਾ। ਅਸਲ 'ਚ ਇਹ ਮਸਲੇ ਖੜੇ ਤਾਂ ਕੀਤੇ ਜਾਂਦੇ ਨੇ ਕਿ ਲੋਕ ਆਪਸ ਵਿੱਚ ਲੜਦੇ ਰਹਿਣ, ਲੋਕਾਂ ਨੂੰ ਲੜਾਇਆ ਜਾਵੇ ਤੇ ਹੁਕਮਰਾਨ ਆਪਣਾ ਫਾਇਦਾ ਲੈਂਦਾ ਰਹੇ। ਤੁਸੀਂ ਦੇਖੋ ਨਾ, ਹੁਣ ਆਪਣੇ ਬਹੁਤੀ ਦੂਰ ਜਾਣ ਦੀ ਲੋੜ ਨਹੀਂ, ਪੰਜਾਬ 'ਚ ਅਕਾਲੀ ਦਲ ਵਾਲੇ ਨੇ, ਅਕਾਲੀ ਦਲ ਵਾਲਿਆਂ ਨੇ ਆਪਣੇ 2012 ਦੇ ਮੈਨੀਫੈਸਟੋ ਦੇ ਵਿੱਚ ਪਾਣੀਆਂ ਦਾ ਮੁੱਦਾ, ਭਾਸ਼ਾ ਦਾ ਮੁੱਦਾ ਜਮਾਂ ਤਿਆਗ ਦਿੱਤਾ। ਫਿਰ ਇਹਨਾਂ ਨੇ ਸੱਚ ਦੇ ਮੈਨੀਫੈਸਟੋ 'ਚ ਅੱਧਾ ਕੱਟਿਆ ਗਿਆ ਸੀਗਾ ਤੇ 17 ਦਾ ਮੈਨੀਫੈਸਟੋ 'ਚ ਫੇਰ ਪਾ ਲਿਆ, ਕਿਉਂਕਿ ਲੱਗਿਆ ਵੀ ਹੁਣ ਭਾਈ ਕੋਈ ਹੋਰ ਸਹਾਰਾ ਤਾਂ ਹੈ ਨੀ, ਚਲੋ ਪੁਰਾਣੇ ਮੁੱਦਿਆਂ ਵੱਲ ਪਰਤਦੇ ਆ। ਹੈ ਇਹ ਇਹਨਾਂ ਦਾ ਮਤਲਬ ਇੱਕ ਕਰੈਕਟਰ ਹੁੰਦਾ ਕਿ ਲੋਕਾਂ ਨੂੰ ਜਿਹੜਾ ਆਪਣੇ ਮੁਤਾਬਕ ਜਦੋਂ ਠੀਕ ਲੱਗੇ ਤਾਂ ਮੁੱਦਾ ਕੱਢ ਲਓ ਝੋਲੇ 'ਚੋਂ, ਜਦੋਂ ਜੀ ਕਰੇ ਤਾਂ ਉਹਨੂੰ ਜਿਹੜਾ ਝੋਲੇ ਦੇ ਵਿੱਚ ਪਾ ਲਓ। ਤੇ ਦੂਜੀ ਜਿਹੜੀ ਗੱਲ ਹੈਗੀ ਆ ਇਹਨਾਂ ਦਾ, ਇੱਕ ਤਾਂ ਇਹ ਪਾਣੀਆਂ ਦੇ ਮੁੱਦੇ ਸਵਾਸਤੀ ਮੇਰੇ ਖਿਆਲ ਕਿਸਾਨ ਜਥੇਬੰਦੀਆਂ ਵਾਲੇ ਸੀ ਇਹਨਾਂ ਦਾ, ਕਿਸਾਨ ਜਥੇਬੰਦੀਆਂ ਦਾ ਫਿਲਹਾਲ ਵਧੀਆ ਆਪਣਾ ਰੋਲ ਅਦਾ ਕਰ ਰਹੀਆਂ, ਲੇਕਿਨ ਜਦੋਂ ਨਾਜ਼ੁਕ ਮੋੜ ਤੇ ਤੁਸੀਂ ਪਹੁੰਚ ਜਾਓ ਨਾ, ਜਿੱਥੇ ਥੋੜਾ ਜਿਹਾ ਜਿਹੜਾ ਧੱਕਾ ਲੱਗੇ ਤੁਸੀਂ ਅੱਗੇ ਹੋ ਜਾਓ, ਥੋੜੇ ਜਿਹੇ ਪਿੱਛੇ ਹੋ ਜਾਓ, ਉਦੋਂ ਬਹੁਤ ਸੰਭਲ ਕੇ ਚੱਲਣਾ ਚਾਹੀਦਾ। ਇਸ ਲਈ ਇਹ ਮੈਂ ਗੱਲ ਆਖੀ ਸੀ, ਫਿਲਹਾਲ ਉਹਨਾਂ ਦਾ ਦੇਖੋ ਜੇ ਉਹਨਾਂ ਲੋਕਾਂ ਦਾ ਜਿਹੜਾ ਇਤਿਹਾਸ ਹੈ ਉਹ ਹੈਗਾ ਸਟਰਗਲ ਵਾਲਾ, ਤੇ ਉਹਨਾਂ ਨੇ ਪੰਜਾਬ 'ਚ ਵੀ ਬਥੇਰੇ ਸੰਘਰਸ਼ ਲੜੇ ਹੈਗੇ ਨੇ, ਪਰ ਇਹ ਸੰਘਰਸ਼ ਬਹੁਤ ਵੱਡਾ, ਕਿਉਂਕਿ ਸ਼ਾਇਦ ਹੋ ਸਕਦਾ ਕਿ ਇੱਡੀ ਕਲਪਨਾ ਉਹਨਾਂ ਨੇ ਖੁਦ ਵੀ ਨਾ ਕੀਤੀ ਹੋਵੇ। ਇਸ ਕਰਕੇ ਉਹਨਾਂ ਨੂੰ ਬੜਾ ਸੰਭਲ ਕੇ ਚੱਲਣ ਦੀ ਲੋੜ ਹੈ, ਇਹੀ ਅਸੀਂ ਕਹਿ ਸਕਦੇ ਹਾਂ। ਜੀ ਦੂਜੀ ਕਾਲ ਲੈ ਲਈਏ ਜੀ। ਸਰਦਾਰ ਗੁਰਮੇਲ ਸਿੰਘ ਜੀ ਆਉਂਦੇ ਹੋ ਤੁਸੀਂ। ਸਤਿ ਸ੍ਰੀ ਅਕਾਲ, ਧੰਨਵਾਦ। ਸਤਿ ਸ੍ਰੀ ਅਕਾਲ ਸੁਖਿੰਦਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅਸੀਂ ਸਾਨੂੰ ਆਪਣਾ ਐਸ ਵਾਈ ਐਲ ਦਾ ਟਵੀਟਰ ਆ ਜੀ, ਸਾਡਾ ਛੋਟਾ ਭਰਾ ਲੈ ਗਏ ਸਾਨੂੰ ਤਾਂ ਗਏ ਪਾੜ ਕੇ ਤੇ ਰਾਜ ਕਹਿੰਦੇ ਦਿੱਲੀ ਸਾਡੀ ਜਗ੍ਹਾ ਚ ਬੜੀ ਤੇ ਸਾਨੂੰ ਪਾੜੀ ਜਾਂਦੀ ਹੈ। ਤੇ ਬਾਕੀ ਇਹ ਗੱਲ ਆ ਵੀ ਔਰੰਗਜ਼ੇਬ ਤੇ ਉਦੋਂ ਬਾਬਾ ਮੋਤੀ ਰਾਮ ਮਹਿਰਾ ਨੇ ਦੁੱਧ ਪਿਆਇਆ ਸੀਗਾ ਤੇ ਔਰੰਗਜ਼ੇਬ ਸਾਡੇ ਛੋਟੇ ਭਰਾਵਾਂ ਨੇ ਸਾਨੂੰ ਲੰਗੂ ਪ੍ਰਸ਼ਾਦ ਦਾ ਵੇਵਾ ਕੀਤੇ, ਕਿਤੇ ਵੇਖਿਓ ਉਹ ਵਰਤ ਜਾਣੇ ਵਰਤਾਂ ਦਾ ਵੈਗਰੀ ਸੁੱਖ ਰੱਖੇ ਸਾਨੂੰ ਕੋਈ ਤਰ੍ਹਾਂ ਜੀ। ਸਾਡਾ ਛੋਟਾ ਭਰਾ ਸਾਡੀ ਜੱਫੀ ਪਾ ਕੇ ਸਾਨੂੰ ਮਿਲੇ ਆ ਸੱਚੇ। ਸਤਿ ਸ੍ਰੀ ਅਕਾਲ ਜੀ। ਜੀ 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 ਹਾਂਜੀ ਸ਼ਿਵ ਜੀ। ਹਾਂਜੀ ਦੇਖੀ, ਜਿਵੇਂ ਇਹਨਾਂ ਨੇ ਸਭ ਨੇ ਗੱਲ ਕੀਤੀ ਹੈ ਨਾ, ਅਸਲ ਚ ਅੰਦੋਲਨ ਨੇ ਇੱਕ ਚੀਜ਼ ਤਾਂ ਬਹੁਤ ਵਧੀਆ ਕਰ ਦਿੱਤੀ ਜਿਹੜੀ ਕਿ ਹਕੂਮਤਾਂ ਹੁਣ ਛੇਤੀ ਨਹੀਂ ਤੋੜ ਸਕਦੀਆਂ। ਮਤਲਬ ਇਹਦੇ ਚ ਨਾ ਜਿਹੜੇ ਰਿਸ਼ਤੇ ਮਜ਼ਬੂਤ ਬਣ ਗਏ ਨਾ ਲੋਕਾਂ ਦੇ ਆਪਸ ਵਿੱਚ, ਹਰਿਆਣੇ ਤੇ ਪੰਜਾਬ ਦੇ ਪੰਜਾਬੀ ਗੀਤਾਂ ਵਿੱਚ ਵੀ ਆਉਣ ਲੱਗ ਗਏ ਵੀ ਹਰਿਆਣਾ ਸਾਡਾ ਛੋਟਾ ਭਰਾ ਬਣ ਕੇ ਖੜਾ ਹੈਗਾ। ਇਹ ਮਤਲਬ ਹੁਣ ਸਰਕਾਰਾਂ ਨੇ ਕੰਮ ਪੁੱਠਾ ਹੋ ਗਿਆ, ਇਹ ਮਤਲਬ ਛੇਤੀ ਕਿਤੇ ਜਗ੍ਹਾ ਇਹ ਮੁਹੱਬਤ ਬਣ ਗਈ ਆ ਨਾ, ਇਹ ਟੁੱਟਣ ਵਾਲੀ ਲੱਗਦੀ ਨੀ ਮੈਨੂੰ ਹੈਗੀ ਛੇਤੀ ਕਿਤੇ, ਕਿਉਂਕਿ ਇਹ ਅੰਦੋਲਨ ਨੇ ਬਹੁਤ ਕੁਛ ਪੋਜ਼ਿਟਿਵ ਦਿੱਤਾ ਹੈਗਾ। ਇਹ ਅੰਦੋਲਨ ਅੱਗੇ ਜਾ ਕੇ ਕਿਹੜੇ ਮੁਕਾਮ ਤੇ ਜਾਂਦਾ ਇਹ ਬਾਅਦ ਦੀ ਗੱਲ ਆ, ਪਰ ਜਿਹੜੀ ਇਹ ਕਦਰਾਂ ਕੀਮਤਾਂ ਸਿਰਜੂ ਨਾ ਉਹ ਬੜੀਆਂ ਫਾਇਦਾ ਨੇ। ਜੀ ਜੀ ਇਹ ਵਾਕਿਆ ਤੁਹਾਡੀ ਗੱਲ ਸਹੀ ਹੈ ਕਿ ਬਹੁਤ ਜਿਹੜੀਆਂ ਕਦਰਾਂ ਸਾਡੇ ਨੌਜਵਾਨਾਂ ਦੇ ਵਿੱਚ ਇੱਕ ਚੀਜ਼ ਹੈ, ਕਰੈਕਟਰ ਲੈ ਕੇ ਗਏ ਨੇ। ਠੀਕ ਹੈ, ਦੋ ਚਾਰ ਬੱਚੇ ਹੈਗੇ ਨੇ ਉੱਥੇ ਵੀ ਗੱਲ ਹੋਈ, ਉਹ
ਉਹੀ ਥੋੜਾ ਜਿਹਾ ਵੱਡੇ ਸਪੀਕਰ ਲਾ ਕੇ ਟਰੈਕਟਰ ਤੇ ਇੱਧਰ ਲੈ ਗਏ ਉੱਧਰ ਲੈ ਗਏ, ਉਹਨਾਂ ਲਈ ਪਿਕਨਿਕ ਬਣੀ ਹੋਈ ਹੈ। ਚਲੋ ਕੋਈ ਨਹੀਂ, ਹੌਲੀ ਹੌਲੀ ਸਮਝ ਜਾਣਗੇ ਜਿਹੋ ਜਿਹਾ ਉੱਥੇ ਰੰਗਤ 'ਚ ਰੰਗੇ ਜਾਣਗੇ ਵੱਡੇ ਸੰਘਰਸ਼ੀ ਯੋਧਿਆਂ ਦੇ। ਪਰ ਇੱਕ ਚੀਜ਼ ਜ਼ਰੂਰ ਸਾਹਮਣੇ ਆ ਗਈ ਹੈ ਕਿ ਰਾਜਨੀਤਿਕ ਮੋੜ ਵੀ ਨਜ਼ਰ ਆਉਂਦਾ ਸਾਨੂੰ ਭਾਰਤ ਦੇ ਵਿੱਚ ਇਹਦੇ ਨਾਲ। ਬਿਲਕੁਲ, ਨੌਜਵਾਨ ਸਿਆਣੇ ਹੋਏ ਨੇ। ਮੈਨੂੰ ਯਾਦ ਹੈ ਕਿ ਮੈਂ ਜਦੋਂ ਸਿੰਘੂ ਬਾਰਡਰ ਕੁਛ ਦਿਨ ਪਹਿਲਾਂ ਗਿਆ ਸੀ, ਇੱਕ ਨੌਜਵਾਨ ਮੈਨੂੰ ਮਿਲਿਆ, ਉਹ ਕਹਿੰਦਾ ਦੇਖੋ ਬਾਈ ਜੀ ਮੈਂ ਆਇਆ ਤਾਂ ਕਹਿੰਦਾ ਦੀਪ ਸਿੱਧੂ ਦੇ ਮਗਰ ਸੀਗਾ ਉਰੇ, ਮਤਲਬ ਚੀਜ਼ ਸੋਨ ਵਾਲੀ ਹੈ, ਤੇ ਮੈਂ ਦੀਪ ਸਿੱਧੂ ਦੇ ਮਗਰ ਆਇਆ ਸੀਗਾ ਤੇ ਹੁਣ ਮੈਨੂੰ ਲੱਗ ਰਿਹਾ ਕਿ ਦੀਪ ਸਿੱਧੂ ਕਿਤੇ ਨਾ ਕਿਤੇ ਗਲਤ ਹੈ, ਤੇ ਮੈਨੂੰ ਆਹ ਕਿਸਾਨ ਜਥੇ ਬੰਦੀਆਂ ਤੋਂ ਕਾਫੀ ਕੁਛ ਸਿੱਖਣ ਨੂੰ ਮਿਲਿਆ ਹੈਗਾ। ਮੈਂ ਇੱਥੋਂ ਕਈ ਸਾਰੀਆਂ ਕਿਤਾਬਾਂ ਪੜ੍ਹੀਆਂ ਕਿ ਪੰਜਾਬ ਦੇ ਵਿੱਚ ਕਿਸਾਨ ਐਜੂਕੇਸ਼ਨ ਦੀਆਂ, ਪਰ ਉਹ ਨੌਜਵਾਨ ਨੇ ਗੱਲ ਆਖੀ ਹੈ। ਇਹਦਾ ਮਤਲਬ ਕਿ ਜਿਹੜੇ ਲੋਕਾਂ ਲਈ ਉੱਠੇ ਹੋਏ ਸੰਘਰਸ਼ ਹੁੰਦੇ ਨੇ ਨਾ, ਉਹਦੇ ਵਿੱਚ ਜਿਹੜੇ ਲੋਕ ਸ਼ਾਮਿਲ ਹੁੰਦੇ ਨੇ ਨਾ, ਉਹ ਵੀ ਨਿਰੰਤਰ ਸਿੱਖਦੇ ਨੇ। ਮਤਲਬ ਉਹਦੇ ਵਿੱਚ ਉਹਨਾਂ ਦਾ ਵੀ ਰੂਪ ਰੰਗ ਇਹ ਨੀ ਰਹਿੰਦਾ, ਬਦਲ ਜਾਂਦਾ। ਜਿਵੇਂ ਮੈਂ ਕਈ ਵਾਰ ਉਦਾਹਰਣ ਦਿੰਦਾ ਹੁੰਦਾ ਕਿ ਸ਼ਾਹੀਨ ਬਾਗ ਦੀਆਂ ਔਰਤਾਂ, ਜਿਨ੍ਹਾਂ ਨੇ ਬਹੁਤੀਆਂ ਔਰਤਾਂ ਸੀਗੀਆਂ ਜਿਨ੍ਹਾਂ ਨੇ ਘਰ ਦੇ ਚੁੱਲ੍ਹੇ ਚੌਂਕੇ ਤੋਂ ਗਾਂ ਪੈਰ ਨਹੀਂ ਟੁੱਟਿਆ ਸੀਗਾ, ਲੇਕਿਨ 100 ਦਿਨ ਦੇ ਅੰਦਰ ਉਹਨਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਬਣਾ ਦਿੱਤਾ ਕਿ ਪੋਲੀਟੀਕਲ ਤੌਰ ਤੇ ਇੱਕ ਪੂਰੀ ਐਕਟਿਵ ਉਹ ਹੋ ਚੁੱਕੀਆਂ ਸੀਗੀਆਂ। ਬਿਲਕੁਲ, ਆਪਣੇ ਆਪ ਦੇ ਵਿੱਚ ਇੱਕ ਬੜਾ ਆਇਆ ਖਾਲਸਾ ਜੀ ਨੇ ਸਾਡੇ ਨਾਲ। ਸਤਿ ਸ੍ਰੀ ਅਕਾਲ ਜੀ ਖਾਲਸਾ ਜੀ। ਜੀ ਜੀ ਸਤਿ ਸ੍ਰੀ ਅਕਾਲ। ਇਹ ਗੱਲ ਕਰਨੀ ਚਾਹੁੰਦਾ ਜੀ ਕਿ ਮੈਂ ਤਾਂ ਕੱਲ ਵੀ ਲੋਕਲ ਰੇਡੀਓ ਤੇ ਕੇ ਆਰ ਪੀ ਰੇਡੀਓ ਤੇ ਬਾਦਲਾਂ ਨੇ ਮਨਜਿੰਦਰ ਸਰਸੇ ਨੂੰ ਬਈ ਉਹਨੂੰ ਬੁਲਾ ਲਓ ਉੱਥੇ, ਉਹ ਮੋਦੀ ਤਾਂ ਇਹ ਦੇਖਣ ਆਇਆ ਸੀ ਵੀ ਸਾਰਾ ਇੰਡੀਆ ਤਾਂ ਇਕੱਠਾ ਹੋ ਗਿਆ, ਮੋਦੀ ਹੋਣਾਂ ਨੂੰ ਆਪਦੀ ਹਾਰ ਦਿੱਤੀ ਹੈ, ਸਾਰੇ ਧਰਮ ਇਕੱਠੇ ਹੋ ਗਏ ਕਿਸਾਨਾਂ ਦੇ ਨਾਲ, ਸਾਰੇ ਸ਼ੋਭੇ ਜਿਹੜੇ ਆ ਉਹ ਇਕੱਠੇ ਹੋ ਗਏ। ਇਹ ਤਾਂ ਇਹ ਦੇਖਣ ਆਇਆ ਸੀ ਵੀ ਇਸ ਕੌਮ ਨੂੰ ਖਤਮ ਕਰਨ ਚ ਕਿੰਨੀ ਦੇਰ ਲੱਗੂਗੀ, ਉਹਦਾ ਇਹ ਅੰਦਾਜ਼ਾ ਲਾਉਣਾ ਸੀ। ਥੈਂਕ ਯੂ ਜੀ। ਜੀ ਜੀ ਜੀ, ਇਹ ਤਾਂ ਦੇਖੋ ਜੀ ਟੀਕੇ ਤਾਂ ਲਾ ਲਾ ਅਗਲਾ ਨੇ ਦੇਖਣੇ ਆ ਅਖੀਰਲੇ ਮੌਕੇ ਤੱਕ, ਅਗਲਾ ਦੁਸ਼ਮਣ ਕਦੋਂ ਆਪਣੇ ਸ਼ਿਵਿੰਦਰ ਜੀ ਛੱਡਦਾ ਕਿ ਅਖੀਰਲਾ ਮੌਕਾ ਤੱਕ ਲੈ ਕੇ ਜਾਂਦਾ ਜੀ। ਅਸਲ ਚ ਨਾ ਗੱਲ ਇਹ ਕਿ ਜਿਹੜਾ ਮੁਕਾਬਲਾ ਨਾ ਇਸ ਸਮੇਂ ਕਿਸਾਨਾਂ ਦਾ ਹੋ ਰਿਹਾ, ਕਿਸਾਨਾਂ ਦਾ ਕੀ ਜਿਹੜੇ ਬੰਦੇ ਕਿਸਾਨਾਂ ਦੇ ਨਾਲ ਖੜੇ ਨੇ ਲੋਕਾਂ ਦਾ ਹੋ ਰਿਹਾ, ਉਹ ਇੱਕ ਉਸ ਹੁਕਮਰਾਨ ਨਾਲ ਹੋ ਰਿਹਾ ਜਿਹੜਾ ਫਾਸਿਸਟ ਹੈ। ਫਾਸਿਸਟ ਜਿਹੜਾ ਹੁਕਮਰਾਨ ਹੁੰਦਾ ਨਾ ਉਹ ਬੜਾ ਖਤਰਨਾਕ ਹੁੰਦਾ, ਉਹਦੇ ਕੋਲ ਬਹੁਤ ਸਾਰੀਆਂ ਚਾਲਾਂ ਹੁੰਦੀਆਂ ਨੇ ਤੇ ਉਹ ਹਰ ਤਰ੍ਹਾਂ ਦੀਆਂ ਚਾਲਾਂ ਜਿਹੜਾ ਹੈਗਾ ਚੱਲਦਾ ਹੈਗਾ। ਇਸ ਲਈ ਪਹਿਲਾਂ ਹੀ ਜਿੱਤੇ ਹੋਏ ਸਭ ਆਪਣੇ ਆਪ ਨੂੰ ਸਾਬਿਤ ਕਰਨਾ ਵੀ ਗਲਤੀ ਹੁੰਦੀ ਹੈ, ਬਹੁਤ ਮਤਲਬ ਛੂਕ ਛੂਕ ਤੇ ਚੱਲਣਾ ਪੈਂਦਾ ਹੈਗਾ। ਤੇ ਉਸ ਚ ਨਹੀਂ ਕਿਸਾਨ ਜਥੇਬੰਦੀਆਂ ਚੱਲਣ ਦੀ ਕੋਸ਼ਿਸ਼ ਕਰਦੀਆਂ ਨੇ, ਅਸੀਂ ਕਾਮਨਾ ਕਰਦੇ ਹਾਂ ਵੀ ਉਹ ਕਾਮਯਾਬ ਹੋਣ। ਜੀ ਜੀ, ਤੇ ਦੂਸਰੀ ਗੱਲ ਆਪਾਂ ਹੋਰ ਲੈ ਕੇ ਚੱਲੀਏ ਕਿ ਜਿਸ ਢੰਗ ਦੇ ਨਾਲ ਸਾਡੇ ਬਾਹਰੋਂ ਪੈਸਾ ਆਇਆ ਆੜ੍ਹਤੀਆਂ ਦੇ ਉੱਤੇ ਇਹਨਾਂ ਨੇ ਉਹ ਕਰਨਾ ਸ਼ੁਰੂ ਕਰਤਾ ਆਪਣਾ, ਕੀ ਕਹਿੰਦੇ ਆ ਕਿਸਾਨ ਜਥੇਬੰਦੀਆਂ ਦੇ ਉੱਤੇ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ, ਹੋਰ ਤੁਹਾਡੇ ਮੇਰੇ ਵਰਗਿਆਂ 'ਤੇ ਵੀ ਕਰਨਗੇ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇਹਨੂੰ ਵੀ ਤਾਂ ਆਪਾਂ ਆਖੀਏ। ਕੌਲ ਲੈ ਲਈਏ ਜੀ, ਫਿਰ ਅੱਗੇ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਆਉਣੇ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਹਿਬ ਜੀ। ਆਵਾਜ਼ ਬੰਦ ਕਰੋ ਜੀ ਪਿੱਛੋਂ ਪਲੀਜ਼ ਇੱਕ ਵਾਰੀ ਜੀ। ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਸੰਤੋਖ ਸਿੰਘ ਪੱਡਾ ਬੋਲਦਾ ਜੀ ਵਿਨੀਪੈਗ ਤੋਂ। ਜੀ ਜੀ, ਇਹ ਬੇਨਤੀ ਹੈ ਵੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਪ੍ਰੋਗਰਾਮ ਰਾਹੀਂ ਜੀ। ਜਿਸ ਤਰ੍ਹਾਂ ਇਹ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ ਸਮੂਥਲੀ ਸਾਰਾ ਜੀ ਕਿਸਾਨਾਂ ਦਾ, ਇਹਦੇ ਵਿੱਚ ਜਿਹੜੇ ਕੁਛ ਬੰਦੇ ਭਾਜਪਾ ਦੇ ਮੰਤਰੀ, ਕੋਈ MLA, ਕੋਈ MP, ਕਦੇ ਉਹ ਕਹਿੰਦੇ ਖਾਲਿਸਤਾਨੀ ਆ, ਕਦੇ ਕਹਿੰਦੇ ਅੱਤਵਾਦੀ ਆ, ਕਦੇ ਕਦੇ ਪਾਕਿਸਤਾਨੀ ਆ, ਇਹਨਾਂ ਦੇ ਖਿਲਾਫ਼ ਕੋਈ ਕੇਸ ਨੀ ਹੋ ਸਕਦਾ ਵੀ ਇਹ ਬੇ ਸਿਰ ਪੈਰੀ ਕਰੀ ਜਾਂਦੇ ਬੋਲੀ ਜਾਂਦੇ ਜੀ? ਦੱਸੋ ਜੀ ਸ਼ਿਵਿੰਦਰ ਜੀ, ਕਰਨਾ ਵੀ ਚਾਹੀਦਾ ਇਹਨਾਂ ਦਾ ਜੀ? ਕੇਸ ਹੋ ਸਕਦਾ, ਰਿਪੋਰਟ ਦਰਜ ਕਰਵਾਈ ਜਾ ਸਕਦੀ ਹੈ, ਪਰ ਮਸਲਾ ਇਹ ਹੁੰਦਾ ਕਿ ਜਦੋਂ ਤੁਸੀਂ ਨਾ ਇਸ ਤਰ੍ਹਾਂ ਦੇ ਮੁੱਦੇ ਲੈ ਕੇ ਜਾਂਦੇ ਹੋ, ਉਹਦੀ ਇੱਕ ਛੋਟੀ ਜਿਹੀ ਉਦਾਹਰਣ ਹੈ। ਕਪਿਲ ਮਿਸ਼ਰਾ ਨੇ ਦਿੱਲੀ ਦੇ ਹਿੰਸਾ ਵੇਲੇ ਬਹੁਤ ਬਕਵਾਸ ਕੀਤੀ ਸੀਗੀ, ਉਹ ਬਕਵਾਸ ਜਿਹੜੀ ਸਭ ਨੇ ਸੁਣੀ ਹੋਈ ਆ, ਅਜੇ ਤੱਕ ਪੁਲਿਸ ਨੇ ਇਹਦੇ ਵਿਰੁੱਧ FIR ਦਰਜ ਨਹੀਂ ਕੀਤੀ ਹੈਗੀ ਜੀ। ਹੈ ਤੇ ਇਸੇ ਤਰ੍ਹਾਂ ਦਾ ਅਦਾਲਤਾਂ ਦਾ ਕੰਮ ਹੈ ਕਿ ਅਦਾਲਤਾਂ ਇਹਨੂੰ ਅੱਗੇ ਪਾ ਦੇਣਗੀਆਂ, ਅੱਗੇ ਪਾ ਦਿੰਦੀਆਂ ਨੇ। ਇਹ ਨਹੀਂ ਕਿ ਚੀਜ਼ਾਂ ਕਦੇ ਹੋਈਆਂ ਨੀ, ਹੋਈਆਂ ਨੇ, ਲੋਕਾਂ ਨੇ ਕੇਸ ਦਰਜ ਕੀਤੇ ਨੇ, ਮੁਕੱਦਮੇ ਦਰਜ ਕੀਤੇ ਨੇ, ਪੁਲਿਸ ਤੋਂ ਰਿਪੋਰਟਾਂ ਲਿਖਾਈਆਂ ਨੇ, ਪਰ ਚੱਕਰ ਹੈਗਾ ਕਿ ਸਾਡਾ ਜਿਹੜਾ ਇਸ ਸਮੇਂ ਸਿਸਟਮ ਆ ਨਾ, ਤੇ ਆਪਾਂ ਕਹਿੰਦੇ ਹਾਂ ਇਹਦੇ 4 ਪਿੱਲਰ ਹੁੰਦੇ ਨੇ, ਚੌਥਾ ਆਪਾਂ ਜੋੜ ਲੈਂਦੇ ਹੈਗੇ ਡੈਮੋਕ੍ਰੇਸੀ ਮੀਡੀਆ ਨੂੰ ਵੀ ਜੋੜ ਲੈਂਦੇ ਹਾਂ, ਤੇ ਉਹ 4 ਪਿੱਲਰਾਂ ਦਾ ਜਿਹੜਾ ਕਰੈਕਟਰ ਹੈ ਨਾ ਪੂਰੀ ਤਰ੍ਹਾਂ ਲੂਜ਼ ਹੋ ਚੁੱਕਾ ਹੈਗਾ, ਆਪਣੇ ਅਸਲ ਰੂਪ ਚ ਬਾਹਰ ਆ ਚੁੱਕਾ ਹੈਗਾ। ਹਾਂ 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 ਜੀ, ਠੀਕ ਆ ਸਰ।
ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਨਦਾਨ ਅਤੇ ਮੇਰੇ ਨਾਲ ਸ਼ਿਵਿੰਦਰ ਜੀ ਇਸ ਵਕਤ ਜੁੜੇ ਹੋਏ ਨੇ ਰੇਡੀਓ ਪੰਜਾਬ ਟੂਡੇ ਅਤੇ ਮੇਰੇ ਨਾਲ ਹਰ ਸੋਮਵਾਰ ਨੂੰ ਸ਼ਿਵਿੰਦਰ ਜੀ ਜੁੜਦੇ ਨੇ। ਸ਼ਿਵਿੰਦਰ ਜੀ ਛੋਟੀ ਜਿਹੀ ਬ੍ਰੇਕ ਲੈ ਲਈਏ ਫਿਰ ਇੱਕ ਵਾਰੀ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆਪਾਂ। ਸੋ ਸ਼ਿਵਿੰਦਰ ਜੀ ਬ੍ਰੇਕ ਲੈ ਕੇ ਅਤੇ ਆਪਾਂ ਮਿਲਦੇ ਹਾਂ ਜੀ। ਹਾਂਜੀ, ਸੋ ਇੱਕ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਅਤੇ ਮੈਂ ਸਵਰਨ ਸਿੰਘ ਦਾਨੇ ਵਾਲੀ ਹਾਂ। ਅਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਜਾਂ ਕਿਸੇ ਪ੍ਰਕਾਰ ਨਾਲ ਰੇਡੀਓ ਪੰਜਾਬ ਟੂਡੇ ਦੀ ਸਹਾਇਤਾ ਕਰਨਾ ਚਾਹੁੰਦੇ ਹੋ ਤਾਂ 9780141741 'ਤੇ ਸੰਪਰਕ ਕਰ ਸਕਦੇ ਹੋ। ਰੇਡੀਓ ਪੰਜਾਬ ਟੂਡੇ ਦਾ ਪੇਜ ਪਲੀਜ਼ ਜ਼ਰੂਰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ DD15 ਚਲਾਉਂਦੇ ਜਾਂ ਪੈਕਾਰ, ਮੈਕਸ ਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519-622-0660 519-622-0660 QTL because we care. We truck you. ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 661-797-2354। ਓ ਯਾਰ, ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦ ਇਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403-4095-0401 ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ, ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 85560-0271। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL because we care. JB Truck Repair, Yuba City, Certified Cummins, Detroit Freightliner, Western Star, Volvo, Caterpillar, ate Series 60 Engines, International ate Automatic Transmissions, 5 Saal da Freightline Dealership da Experience, A Engine, Truck, Trailer, AC, Electrical, DPF, DEF Repair karde han, Transmission, Rear End, Brakes, Oil Change kar dende han, Certified 90-Day DOT Inspection ate Certified Annual Federal DOT Inspection ਐਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਜੀ, ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਸ਼ਿਵਿੰਦਰ ਜੀ, ਆਪਾਂ ਹੁਣ ਥੋੜ੍ਹਾ ਜਿਹਾ ਬੰਗਾਲ ਵੱਲ ਨੂੰ ਚੱਲੀਏ। ਹੁਣ ਦੇਖੋ, ਬੜੀ ਹੈਰਾਨੀ ਦੀ ਗੱਲ ਹੈ ਕਿ
ਮੇਰੀ ਕਈ ਗੱਲ ਹੁੰਦੀ ਹੈ ਇਹਨਾਂ ਨਾਲ, ਆਪਣੇ ਬੀਜੇਪੀ ਦੇ ਲੀਡਰਾਂ ਨਾਲ, ਉਹ ਹੈਦਰਾਬਾਦ ਦੇ ਕਾਰਪੋਰੇਸ਼ਨ ਇਲੈਕਸ਼ਨਾਂ ਨੂੰ ਬੜਾ ਪ੍ਰਚਾਰ ਕਰ ਰਹੇ, ਦੇਖੋ ਜੀ ਜੇ ਸਾਡੇ ਵਿਰੁੱਧ ਹੁੰਦੇ ਤਾਂ ਅਸੀਂ ਹੈਦਰਾਬਾਦ ਕਿਵੇਂ ਜਿੱਤਦੇ। ਹੁਣ ਦੇਖੋ ਜਿਹੜਾ ਅਮਿਤ ਸ਼ਾਹ ਹੈ ਬੰਗਾਲ ਦੇ ਵਿੱਚ ਪੁੱਜਿਆ ਹੋਇਆ, ਉੱਥੇ ਵੀ ਇੱਕ ਸੇਮ ਏਜੰਡਾ ਕੀ ਹੈ, ਅਸੀਂ ਸੋਨ ਬੰਗਲਾ ਬਣਾ ਦਾਂਗੇ, ਕਹਿਣ ਤੋਂ ਬਾਅਦ ਤੁਹਾਨੂੰ ਸੋਨੇ ਦਾ ਘਰ ਬਣਾ ਦਾਂਗੇ ਬੰਗਾਲ ਨੂੰ। ਕਹਿੰਦਾ ਇੰਨੇ ਸਾਲ ਤੁਸੀਂ ਕਾਂਗਰਸ ਨੂੰ ਦਿੱਤੇ, ਇੰਨੇ ਸਾਲ ਤੁਸੀਂ ਆਪਣੇ ਕੀ ਕਹਿੰਦੇ ਕਾਮਰੇਡਾਂ ਨੂੰ ਦਿੱਤੇ, ਇੰਨੇ ਸਾਲ ਹੁਣ ਮਮਤਾ ਨੂੰ ਦਿੱਤੇ, ਕਹਿੰਦਾ 5 ਸਾਲ ਸਾਨੂੰ ਵੀ ਦੇ ਦਿਓ। ਕਹਿੰਦਾ ਜੀ ਬਿਲਕੁਲ, ਅਸਲ ਵਿੱਚ ਗੱਲ ਇਹ ਕਿ ਬੀਜੇਪੀ ਇਹ ਕਹਿੰਦੀ ਰਹੀ ਹੈ ਕਿ ਅਸੀਂ ਉੱਚੀਆਂ ਕਦਰਾਂ ਕੀਮਤਾਂ ਵਾਲੀ ਪਾਰਟੀ ਆ। ਹੁਣ ਉੱਚੀਆਂ ਕਦਰਾਂ ਕੀਮਤਾਂ ਤਾਂ ਦਿਖ ਰਹੀਆਂ ਹੈਗੀਆਂ ਕਿ ਹਰ ਇਲੈਕਸ਼ਨ ਦੇ ਵਿੱਚ ਸਮੇਂ ਦੂਜੀਆਂ ਪਾਰਟੀਆਂ ਤੋਂ ਬੰਦੇ ਪੱਟੇ ਜਾਂਦੇ ਨੇ, MLA ਪੱਟੇ ਜਾਂਦੇ, MP ਪੱਟੇ ਜਾਂਦੇ ਨੇ। ਹੁਣ ਇਹ ਨੀ ਪਤਾ ਵੀ ਰਾਤੋਂ ਰਾਤ ਉਹਨਾਂ ਅੰਦਰ ਕਿਹੋ ਜਿਹੀ ਭਾਵਨਾ ਆ ਜਾਂਦੀ ਹੈ ਵੀ ਉਹਨਾਂ ਨੂੰ ਬੀਜੇਪੀ ਕਿਵੇਂ ਵਧੀਆ ਲੱਗਣ ਲੱਗ ਜਾਂਦੀ ਹੈ। ਹੁਣ ਬੰਗਾਲ ਚੋਂ ਜਿਹੜੇ ਬੰਗਾਲ ਚ ਉਹਨਾਂ ਨੇ ਮਮਤਾ ਬੈਨਰਜੀ ਦੇ 9 ਦੇ ਕਰੀਬ ਤਾਂ MLA ਪੱਟ ਲਏ ਨੇ, 1 MP ਪੱਟ ਲਿਆ, ਇੱਥੋਂ ਤੱਕ ਖੱਬੀਆਂ ਧੜਾਂ ਵਿੱਚੋਂ ਵੀ 2 ਬੰਦੇ ਉਹਨਾਂ ਨੇ ਪੱਟ ਲਏ ਨੇ ਹੈ। ਤੇ ਇਹ ਸਾਰਾ ਕੁਛ ਇਸ ਤਰ੍ਹਾਂ ਤਾਂ ਨੀ ਹੁੰਦਾ ਹੈਗਾ ਵੀ ਇਹਨਾਂ ਦੇ ਕੋਈ ਬਹੁਤ ਪ੍ਰਭਾਵਸ਼ਾਲੀ ਸ਼ਖਸੀਅਤ ਨੇ, ਸਾਨੂੰ ਪਤਾ ਹੀ ਹੈ ਕਿੰਨੇ ਕਿੰਨੇ ਇਹ। ਹਾਂ, ਪੈਸੇ ਦੇ ਜ਼ੋਰ ਤੇ ਡਰਾਮੇ ਦੇ ਜ਼ੋਰ ਤੇ ਕੰਮ ਜ਼ਰੂਰ ਹੁੰਦਾ ਹੈ, ਕਿਉਂਕਿ ਇਦੋਂ ਪਹਿਲਾਂ ਜਿਹੜਾ ਹਿਸਟਰੀ ਰਹੀ ਹੈ ਥੋੜੇ ਜਿਹੇ ਸਮੇਂ ਸੀ, ਮੈਂ ਗੱਲ ਕਰਾਂ ਮੱਧ ਪ੍ਰਦੇਸ਼ ਵਿੱਚੋਂ ਇਕੱਠੇ 16 MLA ਪੱਟ ਲਏ ਸੀ। ਮੱਧ ਪ੍ਰਦੇਸ਼ ਦੀ ਗੱਲ ਕਰਦੇ ਤੋਂ ਬਿਨਾਂ ਮਣੀਪੁਰ, ਗੋਆ, ਅਰੁਣਾਚਲ ਪ੍ਰਦੇਸ਼, ਕਰਨਾਟਕ ਵਿੱਚ ਵੀ ਇਹਨਾਂ ਨੇ ਦਲ ਬਦਲੀ ਕਰਾਈ ਹੈ ਜਿਹਦੇ ਵਿੱਚ ਬੀਜੇਪੀ ਨੇ ਹਰ ਹਰਦਾ ਵਰਤਿਆ। ਇੱਥੋਂ ਤੱਕ ਮਹਾਰਾਸ਼ਟਰ ਵਿੱਚ ਤਾਂ ਜਿੰਨੀ ਤੋਏ ਤੋਏ ਹੋਈ ਆ ਕੋਈ ਦੱਸ ਨੀ ਸਕਦਾ, ਕਿਉਂਕਿ ਗਠਜੋੜ ਕੀਤਾ ਸ਼ਿਵ ਸੈਨਾ ਨਾਲ, ਸ਼ਿਵ ਸੈਨਾ ਕਹਿੰਦੀ ਸਾਨੂੰ ਮੁੱਖ ਮੰਤਰੀ ਦਾ ਬੰਦਾ ਚਾਹੀਦਾ, ਤੇ ਉਹ ਸ਼ਿਵ ਸੈਨਾ ਨਾਲ ਫਿਰ ਤੋੜ ਵਿਛੋੜਾ ਹੋ ਗਿਆ। ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੂੰ ਰਾਤੋਂ ਰਾਤ ਪੱਟ ਲਿਆ, ਪੱਟ ਕੇ ਰਾਸ਼ਟਰਪਤੀ ਨੂੰ ਸੁੱਤੇ ਪੈ ਤੋਂ ਸਾਈਨ ਕਰਾ ਕੇ, ਉੱਥੋਂ ਜਿਹੜਾ ਰਾਸ਼ਟਰਪਤੀ ਰਾਜ ਭੰਗ ਕਰਾ ਕੇ ਸਹੁੰ ਚੁੱਕ ਸਮਾਗਮ ਹੋਇਆ ਰਾਤੋਂ ਰਾਤ। ਇੱਕਦਮ ਅਜੀਤ ਪਵਾਰ ਤੇ ਜਿੰਨੇ ਵੀ ਕੇਸ ਸੀ ਉਹਨੂੰ ਬਰੀ ਕਰਵਾ ਦਿੱਤਾ। ਜਿਵੇਂ ਅਜੀਤ ਪਵਾਰ ਜਿਹੜਾ ਹੈਗਾ ਫਿਰ ਕੁਛ ਦਿਨਾਂ ਬਾਅਦ ਆਪਣੇ ਚਾਚੇ ਦੀ ਗੱਲ ਮੰਨ ਕੇ ਗਠਜੋੜ ਵਿੱਚ ਸ਼ਾਮਿਲ ਹੋਇਆ ਕਾਂਗਰਸ ਵਾਲੇ ਤੇ ਸ਼ਿਵ ਸੈਨਾ ਵਾਲੇ ਚ, ਫਿਰ ਅਜੀਤ ਪਵਾਰ ਭੈੜਾ ਲੱਗਣ ਲੱਗ ਗਿਆ। ਮਤਲਬ ਇਹ ਤਾਂ ਲੋਕਾਂ ਨੂੰ ਮੂਰਖ ਹੀ ਬਣਾਇਆ ਜਾ ਰਿਹਾ ਨਾ। ਇਸੇ ਤਰ੍ਹਾਂ ਬੰਗਾਲ ਦੇ ਵਿੱਚ ਹੁਣ ਬੀਜੇਪੀ ਨੇ ਘੱਟੋ ਘੱਟ 4-5 ਸਾਲ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਗਰਾਊਂਡ ਤੇ ਵੀ ਕਿਵੇਂ ਉੱਥੇ ਫਿਰਕੂ ਮੁੱਦੇ ਮਾਰੇ ਜਾਣ। RSS ਆਪਣੀਆਂ ਸ਼ਾਖਾਵਾਂ ਲਾ ਰਿਹਾ ਸੀ, ਉਹਦਾ ਹੁਣ ਕਿਤੇ ਨਾ ਕਿਤੇ ਜਿਹੜੀ ਮਿਹਨਤ ਕੀਤੀ ਉਹਦਾ ਜਿਹੜਾ ਇੱਕ ਪੋਲਰਾਈਜ਼ ਵਾਲਾ ਕੰਮ ਕੀਤਾ ਉਹਦਾ ਇਹਨਾਂ ਨੂੰ ਫਾਇਦਾ ਹੋ ਰਿਹਾ। ਬੰਗਾਲ ਇੱਕ ਇਹੋ ਜਿਹਾ ਸਟੇਟ ਹੈ ਜਿਹਨੇ ਕਾਫੀ ਲੰਮਾ ਸਫ਼ਰ ਤੈਅ ਕੀਤਾ, ਉਹਦੀ ਜਿੱਦਾਂ ਹਿੱਸੇ ਨੂੰ ਦੇਖੀਏ ਨਾ, ਇੱਕ ਤਾਂ ਬੰਗਾਲ ਨੇ ਦੇਖੋ ਆਜ਼ਾਦੀ ਤੋਂ ਪਹਿਲਾਂ ਉੱਥੇ ਹਿੰਦੂ ਮੁਸਲਮਾਨ ਸਾਥ ਹੁੰਦੇ ਰਹੇ, ਉਹਦੇ ਵਿੱਚੋਂ ਬੰਗਾਲ ਲੰਘਿਆ। ਫਿਰ ਬੰਗਾਲ ਦੇ ਐਜੂਕੇਸ਼ਨ ਵਾਲਾ ਵੀ ਰਿਹਾ ਕਿ ਆਜ਼ਾਦੀ ਦੀ ਮੂਵਮੈਂਟ ਬੰਗਾਲੀਆਂ ਦਾ ਬੜਾ ਵੱਡਾ ਯੋਗਦਾਨ ਰਿਹਾ ਹੈਗਾ ਉੱਥੇ ਦੇ। ਉਹ ਇੱਕ ਸੁਨਹਿਰੀ ਦੌਰ ਵੀ ਸੀਗਾ, ਸੁਨਹਿਰੀ ਦੌਰ ਦੇ ਨਾਲ ਨਾਲ ਫਿਰਕਾਪ੍ਰਸਤੀ ਵਾਲਾ ਦੌਰ ਦੋਵੇਂ ਇਕੱਠੇ ਚੱਲਦੇ ਰਹੇ। ਫਿਰ ਬੰਗਾਲ ਅਸੀਂ ਜਿਹੜਾ ਕਾਂਗਰਸੀ ਬੰਗਾਲ ਵੀ ਦੇਖਿਆ, ਫਿਰ ਬੰਗਾਲ ਅਸੀਂ ਥੋੜਾ ਲਿਬਰਲ ਬੰਗਾਲ ਦੇਖਿਆ, ਫਿਰ ਬੰਗਾਲ ਅਸੀਂ ਕਾਮਰੇਡਾਂ ਦਾ ਬੰਗਾਲ ਦੇਖਿਆ, ਕਾਮਰੇਡਾਂ ਦੇ ਬੰਗਾਲ ਤੋਂ ਬਾਅਦ ਮਮਤਾ ਦਾ ਬੰਗਾਲ ਦੇਖਿਆ, ਤੇ ਜਿਹੜਾ ਹੁਣ ਬੰਗਾਲ ਆ ਰਿਹਾ ਨਾ ਉਹ ਬੰਗਾਲ ਇਸੇ ਹਿਸਟਰੀ ਰਿਪੀਟ ਕਰ ਰਿਹਾ ਦੁਬਾਰੇ ਆਜ਼ਾਦੀ ਦੇ ਉਹ ਦੌਰ ਵੇਲੇ ਜਾ ਰਿਹਾ, ਆਜ਼ਾਦੀ ਤੋਂ ਪਹਿਲਾਂ ਦੇ ਦੌਰ ਚ ਜਿੱਥੇ ਹਿੰਦੂ ਮੁਸਲਮਾਨ ਫਸਾਦ ਹੁੰਦੇ ਸੀਗੇ। ਬੰਗਾਲ ਇਸ ਗੱਲ ਤੋਂ ਕਾਫੀ ਸਮੇਂ ਦਾ ਬਚਿਆ ਰਿਹਾ ਕਿ ਉੱਥੇ ਫਿਰਕਾਪ੍ਰਸਤੀ ਵਾਲੀ ਗੱਲ ਨੀ ਹੋਈ। ਈਵਨ ਜਦੋਂ 84 ਦਾ ਸਿੱਖ ਕਤਲਿਆਮ ਹੋਇਆ ਉਦੋਂ ਵੀ ਬੰਗਾਲ ਉਹ ਸਟੇਟ ਰਿਹਾ ਜਿੱਥੇ ਮਤਲਬ ਬਚਿਆ ਰਿਹਾ ਮਤਲਬ। ਤੇ ਲੇਕਿਨ ਹੁਣ ਬੰਗਾਲ ਆਪਣੀ ਕਈ ਸਾਲ ਪੁਰਾਣੀ ਹਿਸਟਰੀ ਰਿਪੀਟ ਕਰਨ ਲੱਗਾ, ਜਦੋਂ ਅੰਗਰੇਜ਼ਾਂ ਦੇ ਸਮੇਂ ਚ ਅੰਗਰੇਜ਼ ਹਿੰਦੂ ਮੁਸਲਮਾਨ ਦੇ ਨਾਂ ਤੇ ਲੜਾਉਂਦੇ ਹੁੰਦੇ ਸੀ, ਉਹ ਕੰਮ ਹੁਣ ਬੀਜੇਪੀ ਕਰਨ ਲੱਗੀ ਆ ਉੱਥੇ ਜੀ। ਸੋ ਕੀ ਤੁਹਾਨੂੰ ਲੱਗਦਾ ਕਿ ਬੀਜੇਪੀ ਨੇ, ਤਾਂ ਦੇਖੋ ਬੀਜੇਪੀ ਤਾਂ ਆਪਾਂ ਸਿੱਧੇ ਤੌਰ ਦੇ ਉੱਤੇ ਗੱਲ ਕਰੀਏ, ਬੀਜੇਪੀ ਦਾ ਤਾਂ ਹੱਥਖੰਡਾ ਇਹੀ ਹੈ ਨਾ, ਜੇ ਗੁਜਰਾਤ ਦੇ ਵਿੱਚ ਉੱਥੋਂ ਦੀਆਂ ਘੱਟ ਗਿਣਤੀਆਂ ਨੂੰ ਇੱਕ ਵਾਰੀ ਇਹੋ ਜਿਹਾ ਦੱਬਿਆ ਮੁੜ ਕੇ ਸਿਰ ਨਹੀਂ ਚੱਕ ਸਕੀ ਆ। ਕਾਰਪੋਰੇਟ ਘਰਾਣਿਆਂ ਤੋਂ ਦੇਖੋ ਕਿਸ ਢੰਗ ਦੇ ਨਾਲ ਪੈਸਾ ਲਿਆ। ਹੁਣ ਕਾਰਪੋਰੇਟ ਘਰਾਣੇ, ਅੱਜ ਮੈਂ ਪੜ੍ਹ ਰਿਹਾ ਸੀਗਾ ਉਹਦੇ ਵਿੱਚ ਕਿ ਇੱਕ ਅੰਗਰੇਜ਼ੀ ਦੀ ਮੈਗਜ਼ੀਨ ਹੈਗੀ ਆ ਉਹ ਫੋਰਬਸ, ਉਹਦੇ ਵਿੱਚ ਉਹਨਾਂ ਨੇ ਕਹਿ ਤਾ ਕਿ 10 ਬਿਲੀਅਨ ਜਿਹੜਾ ਆਪਣਾ ਇਹਦਾ ਨੁਕਸਾਨ ਹੋਇਆ ਅੰਬਾਨੀ ਦਾ, ਠੀਕ ਹੈ ਜੀ, ਕਿਉਂਕਿ ਫੋਰਬਸ ਨੂੰ ਤਾਂ ਆਪਾਂ ਝੁਠਲਾ ਨਹੀਂ ਨਾ ਸਕਦੇ ਗੇ ਵੀ ਉਹ 9ਵੇਂ ਨੰਬਰ 'ਤੇ ਆ ਗਿਆ, 1 ਨੰਬਰ ਦਾ ਅਮੀਰ ਸੀਗਾ ਆਪਣੇ ਆਪ ਨੂੰ ਘੁਆਉਂਦਾ ਹੈ। ਸੋ ਇਹ ਚੀਜ਼ਾਂ ਉੱਥੇ ਇਹ ਲੋਕਾਂ ਨੇ ਸਪੋਰਟ ਕੀਤੀ, ਇਹੀ 2 ਬੰਦੇ ਦਿਸਦੇ ਨੇ, ਠੀਕ ਹੈ ਜੀ, ਹਰ ਜਗ੍ਹਾ 'ਤੇ ਇਹੀ ਦਿਸਦੇ ਨੇ। ਗੁਜਰਾਤੀ ਦੇਖੋ ਜੇ ਆਪਾਂ ਗੱਲ ਕਰੀਏ ਤਾਂ ਲੀਡਰਸ਼ਿਪ ਵੀ ਗੁਜਰਾਤੀ, ਕਾਰਪੋਰੇਟ ਵੀ ਗੁਜਰਾਤੀ, ਅਫਸਰ ਵੀ ਗੁਜਰਾਤੀ, ਕਹਿਣ ਤੋਂ ਭਾਵ ਕਿ ਭਾਰਤ ਦੇ ਉੱਤੇ ਗੁਜਰਾਤ ਤੋਂ ਬਿਨਾਂ ਹੋਰ ਕੁਛ ਦਿਸ ਹੀ ਨਹੀਂ ਰਿਹਾ ਬੀਜੇਪੀ ਨੂੰ ਹੁਣ, ਕਿਉਂਕਿ ਉੱਥੇ ਜਿਹੜੇ ਬੰਦੇ ਅੱਗੇ ਖਿੱਚੇ ਵੀ ਜਾ ਰਹੇ ਨੇ ਨਾ, ਖਾਸ ਕਰਕੇ ਚਲੋ ਕਾਰਪੋਰੇਟ ਘਰਾਣੇ ਤਾਂ ਹੈਗੇ ਨੇ, ਲੇਕਿਨ ਜਿਹੜੇ ਅਫਸਰਸ਼ਾਹੀ ਦੇ ਖਿੱਚੇ ਜਾ ਰਹੇ ਸੀ
ਇਹਨਾਂ ਨੂੰ ਮੋਦੀ ਤੇ ਅਮਿਤ ਸ਼ਾਹ ਨੇ ਅਜਮਾਇਆ ਹੋਇਆ ਗੁਜਰਾਤ ਦੇ ਵਿੱਚ, ਆਪਣਾ ਜਿਹੜਾ ਸਾਰਾ ਉੱਥੇ ਗੰਦ ਪਾਇਆ ਹੋਇਆ ਉਹ ਗੰਦ ਪਾਉਣ ਵਿੱਚ ਭਾਗੀਦਾਰ ਰਹੇ ਨੇ। ਸੋ ਉਹੀ ਇਹ ਜਿਹੜਾ ਫਾਰਮੂਲਾ ਪੂਰੇ ਇੰਡੀਆ ਚ ਲਾਗੂ ਕਰ ਰਹੇ ਨੇ, ਫਿਰ ਉਹਨਾਂ ਨੂੰ ਪ੍ਰਮੋਟ ਕਰਕੇ ਉਰੇ ਲੈ ਆਏ ਬੰਗਾਲ ਦੀ। ਮੈਨੂੰ ਇਹ ਸਭ ਤੋਂ ਵੱਧ ਚਿੰਤਾ ਬੰਗਾਲ ਦੇ ਬਹਾਨੇ ਪੰਜਾਬ ਦੀ ਆ। ਸਾਡੇ ਬੰਗਾਲੀਆਂ ਨਾਲ ਨਾ ਬਹੁਤ ਗਹਿਰੇ ਰਿਸ਼ਤੇ ਨੇ ਕਈ ਮਾਮਲਿਆਂ ਚ। ਇੱਕ ਤਾਂ ਬਹਾਦਰ ਕੌਮ ਆਪਾਂ ਪੰਜਾਬੀਆਂ ਨੂੰ ਮੰਨਦੇ ਹਾਂ, ਬੰਗਾਲੀ ਵੀ ਉਸੇ ਤਰ੍ਹਾਂ ਬਹਾਦਰ ਕੌਮ ਹੈ। ਤੇ ਬੰਗਾਲ ਬੰਗਾਲ ਦੇ ਵਿੱਚ ਜਿਹੜਾ ਨਾ ਲਿਟਰੇਚਰ ਹੈ ਪੰਜਾਬ ਤੋਂ ਕਿਤੇ ਵਧੀਆ ਪੜ੍ਹਿਆ ਜਾਂਦਾ ਰਿਹਾ ਉੱਥੇ ਦੀਆਂ, ਜੇ ਤੁਸੀਂ ਅਖਬਾਰਾਂ ਨੂੰ ਦੇਖੋ ਜਾਂ ਉੱਥੇ ਦਾ ਜਿਹੜਾ ਇੱਕ ਸਾਹਿਤਕ ਕਲਚਰ ਦੇਖੋ, ਪ੍ਰੋਗਰੈਸਿਵ ਮੂਵਮੈਂਟ ਉੱਥੇ ਪੈਦਾ ਹੋਈਆਂ, ਪੰਜਾਬ ਚ ਵੀ ਪ੍ਰੋਗਰੈਸਿਵ ਮੂਵਮੈਂਟਾਂ ਪੈਦਾ ਹੋਈਆਂ। ਹੁਣ ਮੈਨੂੰ ਦੁੱਖ ਜਾਂ ਚਿੰਤਾ ਇਸ ਗੱਲ ਦੀ ਹੈ, ਜਦੋਂ ਬੰਗਾਲ ਵਰਗੇ ਇੱਕ ਪ੍ਰੋਗਰੈਸਿਵ ਸਟੇਟ ਹੈ ਉਹਨੂੰ ਬੀਜੇਪੀ ਨੇ ਉਹਨਾਂ ਪੋਲਰਾਈਜ਼ ਕਰ ਦਿੱਤਾ, ਤਾਂ ਫਿਰ ਚਿੰਤਾ ਤੁਹਾਨੂੰ ਆਪਣੇ ਪੰਜਾਬ ਦੀ ਹੋਣੀ ਸ਼ੁਰੂ ਹੋ ਸਕਦੀ ਹੈ ਕਿ ਯਾਰ ਜਦੋਂ ਸਾਡੇ ਨਾਲੋਂ ਵੱਧ ਪੜ੍ਹਿਆ ਲਿਖਿਆ ਲਿਟਰੇਰੀ ਸੂਬਾ ਵਾ ਜਿਹੜਾ ਉਹ ਬੀਜੇਪੀ ਦੇ ਤੁੰਗਲ ਚ ਆ ਗਿਆ, ਤਾਂ ਫਿਰ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕੇ। ਇਹ ਵੀ ਇੱਕ ਆਪਣੇ ਵਿੱਚ ਬਹੁਤ ਵੱਡੀ ਗੱਲ ਹੈ। ਹੁਣ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਨੂੰ ਇਹ ਤਾਂ ਹਜੇ ਬੜਕਾ ਮਾਰਨੋਂ ਨਹੀਂ ਹਟਦੀ, ਪੰਜਾਬ 'ਚ ਹੀ ਸਰਕਾਰ ਬਣਾਵਾਂਗੇ। ਦੇਖੋ ਕਿਉਂਕਿ ਚੁੱਕ ਦਾ ਬਿਆਨ ਦੇਖਿਓ ਨਾ, ਜਿੱਦਾਂ ਕੱਲ੍ਹ ਆਇਆ ਸੀ ਕਿ ਅਸੀਂ ਜਿਹੜਾ ਪੰਜਾਬ ਦੇ ਵਿੱਚ ਇਕੱਲੇ ਰਾਜ ਕਰਾਂਗੇ, ਸਾਰੀਆਂ ਸੀਟਾਂ ਲੈ ਲਾਂਗੇ ਵਗੈਰਾ ਵਗੈਰਾ। ਸੋ ਇਸ ਕਰਕੇ ਸਾਨੂੰ ਜਿਹੜਾ ਪੰਜਾਬੀਆਂ ਨੇ ਇਸ ਗੱਲ ਲਈ ਤਿਆਰ ਹੋਣਾ ਚਾਹੀਦਾ ਕਿ ਇਹਨੂੰ ਸਾਨੂੰ ਲੜਾਉਣ ਲਈ ਗਲਤ ਪੱਤਾ ਖੇਡ ਸਕਦੇ ਨੇ, ਕਿਉਂਕਿ ਹਿੰਦੂ ਹਿੰਦੂ ਸਿੱਖ ਵਾਲਾ ਪੱਤਾ ਵੀ ਸ਼ਾਇਦ ਖੇਡ ਸਕਦੇ ਨੇ। ਇਸ ਲਈ ਅਸੀਂ ਆਪਸ ਵਿੱਚ ਲੜਨਾ ਨੀ ਹੈਗਾ, ਅਸੀਂ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਲੜਨਾ ਨੀ ਹੈਗਾ, ਸਾਨੂੰ ਲੜਾਉਣਗੇ ਪਰ ਅਸੀਂ ਲੜਨਾ ਨੀ, ਇਹ ਸਾਨੂੰ ਤਿਆਰ ਰਹਿਣਾ ਪਏਗਾ। ਜੀ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ ਜੀ, ਧੰਨਵਾਦ। ਸੋ ਹੁਣ ਆਪਾਂ ਥੋੜ੍ਹੀ ਦੇਰ ਬਾਅਦ ਡਾਕਟਰ ਸ਼ਿੰਦਰ ਕੌਰ ਹੋਰਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ ਜੀ। ਸੋ ਪ੍ਰੋਗਰਾਮ ਸ਼ਮਾਦਾਨ ਬਾਅਦ ਦਸਤੂਰ ਜਾਰੀ ਰਹੇਗਾ, ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ। ਬਾਏ ਜੀ, ਨਵੀਂ ਡੀ